ਸ਼ੌਕ ਦਾ ਕੋਈ ਮੁੱਲ ਨਹੀਂ ਕਨਾ ਜਿਹੜੀ ਚੀਜ਼ ਦੇਖਣ ਨੂੰ ਸੁੰਦਰ ਲੱਗਦੀ ਆ ਉਹ ਤਾਂ ਲਈ ਲੈਣੀ ਗਾਹਕ ਵੀ ਬਹੁਤ ਪਿਆ ਉਸ ਦਿਨਾਂ 'ਚ ਮੈਂ ਉਹ ਬੱਕਰਾ 11000 ਦਾ ਵੇਚਿਆ ਜਦੋਂ ਕਿ ਉਸ ਟਾਈਮ 'ਚ 11000 ਦੇ ਹੋ ਸਕਦਾ ਦੋ ਮੱਸਾ ਜੀ ਚਾਹ ਕਰੇ ਉਹਨਾਂ ਬੰਦੇ ਤੋਂ ਨਹੀਂ ਕੇਅਰ ਹੁੰਦੀ ਹੁੰਦੀ ਜੀ ਤੇ ਕੱਲ ਨੂੰ ਬਦਨਾਮੀ ਕੀ ਹੋਗੀ ਉਹ ਬੱਕਰੇ ਬਰੀਡਰ ਦਾ ਬੱਚਾ ਹੈਗਾ ਦੋ ਗੱਲਾਂ ਜ਼ਰੂਰੀ ਨੇ ਇੱਥੇ ਇੱਕ ਤਜਰਬਾ ਇੱਕ ਪਰਖ ਜਿਹੜੇ ਬੰਦੇ ਨੂੰ ਪਰਖਾ ਉਹ ਇਹ ਚ ਮਾਰ ਨਹੀਂ ਖਾਂਦਾ ਉੰਦੀ ਹੈ ਨਾ ਤਾਂ ਕੋਈ ਸਾਡੇ ਕੋਈ ਘੋੜੀਆਂ ਦਾ ਡਾਕਟਰ ਹੈ ਠੀਕ ਹੈ ਨਾ ਸਾਡੇ ਕੋਈ ਬੱਕਰੀਆਂ ਦਾ ਹੈ ਕੁੱਤੇ ਵੀ ਅਸੀਂ ਰੱਖਦੇ ਰਹਾਂ ਕੁੱਤਿਆਂ ਦਾ ਵੀ ਕੋਈ ਡਾਕਟਰ ਨਹੀਂ ਇਲਤੀ ਲਾਣਾ ਟੀਵੀ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭੇਜੀ ਸਤਿ ਸ੍ਰੀ ਅਕਾਲ ਦੋਸਤੋ ਮਾਈ ਸੈਲਫ ترਸੀਮ ਸਿੰਘ ਲੋਂਗੋਵਾਲ ਕੈਮਰਾਮੈਨ ترਸੀਮ ਸਿੰਘ ਧੂਰੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਹਿਲਾਂ ਤਾਂ ਸਬਸਕ੍ਰਾਈਬ ਕਰੋ ਕਿਸਾਨ ਵੀਰੋ ਅਸੀਂ ਇਹ ਹੀ ਕੋਸ਼ਿਸ਼ ਕਰਦੇ ਰਹਿੰਨੇ ਹਾਂ ਕਿ ਤੁਹਾਨੂੰ ਕਰ ਬੈਠਿਆਂ ਫਾਰਮਿੰਗ ਸੰਬੰਧੀ ਨਵੀਂ ਤੋਂ ਨਵੀਂ ਜਾਣਕਾਰੀ ਹੈ ਜਿਹੜੀ ਉਦੇਸ਼ਕੀਏ ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਵਾਲਾ ਬਟਨ ਜਰੂਰ ਦਬੋ ਅੱਜ ਅਸੀਂ ਖੜੇ ਹਾਂ ਸ਼ੰਗਰੂਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਲਦਾਲ ਵਿਖੇ ਮਾਨਗੋਟ ਫਾਰਮ ਦੇ ਵਿੱਚ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਸਰਦਾਰ ਚਰਨਜੀਤ ਸਿੰਘ ਜੀ ਅਤੇ ਇਹਨਾਂ ਦੇ ਸੁਪੁੱਤਰ ਸੰਦੀਪ ਸਿੰਘ ਜੀ ਮਾਨ ਇਹਨਾਂ ਦੇ ਅਸੀਂ ਗੋਟ ਫਾਰਮ ਦੇ ਵਿੱਚ ਪਹੁੰਚੇ ਹੋਇਆ ਇਹਨਾਂ ਪਾਸੋਂ ਜਾਣ ਦਿਆਂਗੇ ਕਿ ਬੱਕਰੀਆਂ ਸੰਬੰਧੀ ਇਹਨਾਂ ਦਾ ਕੀ ਤਜਰਬਾ ਰਿਹਾ ਕਦੋਂ ਇਹਨਾਂ ਨੇ ਇਹ ਫਾਰਮ ਸ਼ੁਰੂ ਕੀਤਾ ਜੋ ਵੀ ਗੱਲਬਾਤ ਆਪਾਂ ਸਾਰੀ ਇਹਨਾਂ ਦੇ ਨਾਲ ਕਰਦੇ ਆਂ ਸਰਦਾਰ ਚਰਨਜੀਤ ਸਿੰਘ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਸਾਡੇ YouTube ਚੈਨਲ ਉੱਪਰ ਹਾਂ ਜੀ ਅਸੀਂ ਵੀ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਜੀ ਸਾਡੇ ਇੱਥੇ ਆ ਕੇ ਤੁਸੀਂ ਸਾਨੂੰ ਉਸ਼ਾ ਦਿੱਤਾ ਜਾਂ ਸਾਨੂੰ ਬੱਕਰੀ ਪਾਲਣ ਦੇ ਵਿੱਚ ਸਾਡਾ ਨਾਂ ਰੋਸ਼ਨ ਕੀਤਾ ਤੁਹਾਡਾ ਵੀ ਸਵਾਗਤ ਹੈ ਬਾਈ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀ ਇਲਤੀ ਲਾਨਨ ਦੇ TV ਚੈਨਲ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਚਰਨਜੀਤ ਸਿੰਘ ਜੀ ਅਸੀਂ ਸਾਰੇ ਤੋਂ ਪਹਿਲਾਂ ਇਹ ਪੁੱਛਣਾ ਚਾਹੁੰਦੇ ਹਾਂ ਤੁਹਾਡੇ ਪਾਸੋਂ ਕਿ ਤੁਸੀਂ ਖੇਤੀ ਵੀ ਕਰਦੇ ਹੋ ਕਿੰਨੀ ਖੇਤੀ ਕਰਦੇ ਹੋ ਖੇਤੀ ਜੀ ਅਸੀਂ 10-12 ਕਿੱਲਾਂ ਦੀ ਖੇਤੀ ਕਰਦੇ ਹਾਂ ਤੇ ਨਾਲ ਅਸੀਂ ਬੱਕਰੀਆਂ ਦਾ ਕੰਮ ਵੀ ਕਰਦੇ ਹਾਂ ਉਸ ਤੋਂ ਪਹਿਲਾਂ 85 ਸਿਆਸੀ ਚ ਇੱਕ ਮੈਂ ਸ਼ੁਰੂ ਤੋਂ ਬੱਕਰਾ ਪਾਲਿਆ ਸੀਗਾ ਉਹ ਬੱਕਰਾ ਮੈਂ ਇੱਥੇ ਬੱਕਰੀ ਤੇ ਲੈ ਕੇ ਗਿਆ ਮਲੇਰਕੋਟਲੇ ਸ਼ੁਰੂ ਤੋਂ ਮੈਨੂੰ ਇਹ ਚੀਜ਼ਾਂ ਦਾ ਸ਼ੌਕ ਹੈ ਤੇ ਉੱਥੇ ਮੈਂ ਉਸ ਟਾਈਮ ਮੈਂ ਟ੍ਰੇਨ ਤੇ ਜੋ ਟ੍ਰੇਨ ਤੇ ਜਾਂਦੀ ਸੀ ਜੋ ਗੱਡੀ ਗੁੱਡੀ ਹੈ ਨਹੀਂ ਸੀ ਟ੍ਰੇਨ ਤੇ ਲੈ ਕੇ ਗਿਆ ਜੋ ਢਿੱਸਣ ਤੇ ਲੈ ਕੇ ਗਿਆ ਉੱਥੇ ਲੋਕ ਇਕੱਠੇ ਹੋ ਗਏ ਵੀ ਐਡਾ ਬੱਕਰਾ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ ਕਿਵੇਂ ਪਾਲਿਆ ਇਹ ਕਿਵੇਂ ਰੱਖਿਆ ਇਹ ਬਹੁਤ ਦੁਨੀਆ ਇਕੱਠੀ ਹੋਈ ਤੇ ਉਸ ਤੋਂ ਬਾਅਦ ਜੀ ਮੈਂ ਉਹ ਬੁੱਕ ਕਰਾ ਲਈ ਉਹਦਾ ਟਿਕਟ ਜਦੋਂ ਮੈਂ ਟਿਕਟ ਬੁੱਕ ਕਰਾ ਕੇ ਉਹਦੇ ਵਿੱਚ ਟ੍ਰੇਨ ਦੇ ਲਵੇ ਲਾਇਆ ਉਹ ਜਿੰਨਾ ਜ ਉਹਨਾਂ ਦਾ ਬਕਸ਼ੇਜ ਵਿੱਚ ਬੰਦ ਕਰਦੇ ਨੇ ਉਹ ਮੈਨੂੰ ਕਹਿੰਦੇ ਨਾ ਪਾਜੀ ਜੀ ਆਪ ਦਾ ਡੱਬੇ ਚ ਲੈ ਕੇ ਬਹਿ ਜਾਓ ਉਹਨੂੰ ਕੋਈ ਰਿਕਾਵਟ ਨਹੀਂ ਹੈਗੀ ਤੇ ਮੈਂ ਉਹ ਟ੍ਰੇਨ ਚ ਚੜਿਆ ਚੜ ਕੇ ਉੱਥੇ ਆਟੋ ਜੇ ਹੁੰਦੇ ਉਸ ਟਾਈਮ 'ਚ ਰਿਕਸ਼ੇ ਜੇ ਆਟੋ ਜੇ ਉੱਚ ਮਾ ਚੜਾ ਕੇ ਉਹ ਮੰਡੀ ਲੈ ਗਿਆ ਅੱਛਾ ਜੀ ਉਹ ਦਿਨਾਂ ਦੇ ਵਿੱਚ ਵੀ ਮਤਲਬ ਮੇਰੇ ਬੱਕਰੇ ਤੇ ਉਹਨਾਂ ਨੇ ਇੰਨਾ ਬਦਲ ਇਕੱਠਾ ਹੋਇਆ ਐਨੇ ਲੋਕ ਇਕੱਠੇ ਹੋਏ ਵੀ ਬੱਕਰਾ ਦੇਖਣਯੋਗ ਹੈ ਬਿਟਲ ਨਸਲ ਉਦੋਂ ਕਿਸੇ ਕੋਲੇ ਬਹੁਤ ਘੱਟ ਸੀ ਉਹ ਬੱਕਰੇ ਦੀ بارش ਸ਼ੁਰੂ ਹੋ ਗਈ ਉਸ ਦਿਨਾਂ بارش ਪਈ ਗਈ ਗਾਹਕ ਵੀ ਬਹੁਤ ਪਿਆ ਉਸ ਦਿਨਾਂ 'ਚ ਮੈਂ ਉਹ ਬੱਕਰਾ 11000 ਦਾ ਵੇਚਿਆ ਅੱਛਾ ਜੀ ਜਦੋਂ ਕਿ ਉਸ ਟਾਈਮ 'ਚ 11000 ਦੇ ਹੋ ਸਕਦਾ ਦੋ ਮੱਸਾ ਜਾਂਦੀਆਂ ਅਛਾ ਜੀ ਉਹ ਸਮੇਂ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਅਸੀਂ ਕਿਤੇ ਕੋਈ ਇੱਕ ਪਾਲ ਲੈ ਕੇ ਤੇ ਦੋ ਪਾਲ ਲੈ ਕਿਤੇ ਲੈ ਲਿਆ ਰੱਖ ਲਿਆ ਕੋਈ ਵੇਚਦਾ ਇਹ ਕਰਦੇ ਰਹੇ ਉਦੋਂ ਮੀਟ ਦੀ ਕੀਮਤ ਕੀ ਸੀ ਫਿਰ ਮੀਟ ਦੀ ਜੀ ਹਾਂਜੀ ਮੀਟ ਤਾਂ ਉਹ ਤੋਂ 100 150 ਰੁਪਏ ਕਿਲੋ ਸੀ ਅਛਾ ਜੀ ਹਾਂਜੀ 100 100 ਰੁਪਏ ਕਿਲੋ ਹੋਊਗਾ ਠੀਕ ਹੈ ਜੀ ਤੇ ਉਦੋਂ ਬਾਅਦ ਅਸੀਂ ਇਹ ਚੱਲਦੇ ਰਹੇ ਥੋੜਾ 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 ਨਾਲ ਅਸੀਂ ਘੋੜੀਆਂ ਦਾ ਵੀ ਚਲਾਇਆ ਅਛਾ ਤੇ ਘੋੜੀਆਂ ਤੇ ਇੱਕ ਸਾਨੂੰ ਦਿੱਕਤ ਇਹ ਆਉਂਦੀ ਹੈ ਨਾ ਤਾਂ ਕੋਈ ਸਾਡੇ ਕੋਈ ਘੋੜੀਆਂ ਦਾ ਡਾਕਟਰ ਹੈ ਠੀਕ ਹੈ ਜੀ ਨਾ ਸਾਡੇ ਕੋਈ ਬੱਕਰੀਆਂ ਦਾ ਹੈ ਠੀਕ ਹੈ ਜੀ ਕੁੱਤੇ ਵੀ ਅਸੀਂ ਰੱਖਦੇ ਰਹਾਂ ਕੁੱਤਿਆਂ ਦਾ ਵੀ ਕੋਈ ਡਾਕਟਰ ਨਹੀਂ ਜਿਆਦਾ ਸਾਨੂੰ ਪ੍ਰੋਬਲਮ ਇਹ ਚੀਜ਼ ਦੀ ਆਉਂਦੀ ਹੈ ਸਰਕਾਰ ਇਹਦੇ ਵਾਸਤੇ ਕੋਈ ਧਿਆਨ ਨਹੀਂ ਦੇ ਰਹੀ ਤੇ ਹੁਣ ਅਸੀਂ ਨਾਲ ਬੇਟਾ ਹੋ ਗਿਆ ਇਹਦਾ ਸਹਯੋਗ ਹੋ ਗਿਆ ਹੁਣ ਅਸੀਂ ਆ ਬੱਕਰੀਆਂ ਰੱਖਿਆ ਨੇ ਬੱਕਰੇ ਰੱਖੇ ਨੇ ਬੱਕਰੀ ਦਿੱਤੇ ਵੀ ਲੈ ਕੇ ਜਾਂਦੇ ਆ ਉਰੇ ਵੀ ਲੈ ਮੰਡੀ ਤੇ ਵੀ ਲੈਣਿਆ ਤੇ ਬੱਚੇ ਵੀ ਵੇਚਦੇ ਆ ਬੱਚੇ ਲੈ ਵੀ ਲੈਂਦੇ ਆ ਹਾਂ ਹੁਣ ਅਜੇ ਤੰਤਾ ਸਾਡਾ ਚਲਾਇਆ ਹੋਇਆ ਹੈ। ਵਧੀਆ ਚੱਲ ਰਿਹਾ ਹੁਣ ਤਾਂ। ਬਹੁਤ ਸਿਰੇ ਦਾ ਚੱਲਦਾ ਜੀ ਬਹੁਤ ਵਧੀਆ। ਦੋ ਗੱਲਾਂ ਜ਼ਰੂਰੀ ਨੇ ਇਹ ਚ। ਇੱਕ ਤਜਰਬਾ, ਇੱਕ ਪਰਖ। ਅੱਛਾ ਜੀ। ਜਿਹੜੇ ਬੰਦੇ ਨੂੰ ਪਰਖ ਹੈ ਉਹ ਇਹ ਚ ਮਾਰ ਨਹੀਂ ਖਾਂਦਾ। ਜਿਹਨੂੰ ਪਰਖ ਨਹੀਂ ਕਿਸੇ ਦੇ ਧੱਕੇ ਚੜ ਗਿਆ ਕੋਈ ਫੜਾਤਾ ਜੀ ਆ ਵੀ ਉਹ ਡਾ ਦੇਖੋ ਜੀ ਇਹ ਤਾਂ ਕਰਨ ੱਡੇ ਨੇ ਇਹ ਐਡਾ ਬੱਕਰਾ ਬਣਵਾਏ ਬਣੂਗਾ ਉਹਨੂੰ ਕੋਈ ਉਹਦੀ ਪਰਖਾ ਹੀ ਨਹੀਂ ਫਿਰ ਉਹ ਤਾਂ ਫਾਇਦਾ ਹੀ ਨਹੀਂ ਉਹ ਤਾਂ ਨੁਕਸਾਨ ਖਾ ਜਾਂਦੇ। ਅੱਛਾ ਜੀ। ਇਹ ਸਾਡੇ ਪਿੰਡ ਵਾਲੇ ਕਹਿੰਦੇ ਨੇ ਹੁਣ ਜਿਵੇਂ ਅਸੀਂ ਰੱਖ ਰਖਿਆ ਸਾਨੂੰ ਦੇਖ ਕੇ ਪੰਜ ਚਾਰ ਘਰਾਂ ਨੇ ਹੋਰ ਰੱਖ ਲਿਆ। ਅੱਛਾ ਮਿੱਟਲ ਕਿਹੜੀ ਆ ਜਾਂ ਦੂਜੀ ਦੇਤੀ ਕੋਈ ਦੇਸੀ ਦੇਤੀ ਲੋਕ ਮਤਲਬ ਘਵਰਾਹ ਕਰਕੇ ਉਹਨਾਂ ਦਾ ਕਾਰ ਫੇਲ ਕਰ ਦਉਂਦੇ ਨੇ ਦੇਖੋ ਦੇਖੀ ਲੈ ਰਹੇ ਨੇ ਦੇਖੋ ਦੇਖ ਜੇ ਤੁਹਾਨੂੰ ਆਪ ਤਜਰਬਾ ਹੈ ਤਾਂ ਇਹ ਤੰਦਾ ਕਰੋ ਅੱਛਾ ਜੀ ਤੁਹਾਨੂੰ ਦੇਖਪਾਲ ਹੈ ਬੱਕਰੀ ਦੀ ਦੇਖਪਾਲ ਹੈ ਮੇਮੇ ਦੀ ਦੇਖਪਾਲ ਹੈ ਤਾਂ ਤੁਹਾਨੂੰ ਪਤਾ ਵੀ ਇਹ ਚੀਜ਼ ਕੈਸੀ ਬਣਨੀ ਹੈ ਠੀਕ ਹੈ ਜੀ ਜਿਹੜੀ ਚੀਜ਼ ਸੋਹਣੀ ਬਣਨੀ ਹੈ ਉਹਨੂੰ ਤਾਂ ਕਦੇ ਵੀ ਨਾ ਵੇਚੋ ਜਿਹੜੀ ਚੀਜ਼ ਆਪਾਂ ਨੂੰ ਲੱਗਦਾ ਵੀ ਹੁਣ ਸਾਲ ਆਉਣ ਵਾਲੇ ਸਮੇਂ 'ਚ ਇਹ ਚੀਜ਼ ਇੱਕ ਵੈਰਾਈਟੀ ਤਿਆਰ ਹੋਊਗੀ ਉਹ ਤਾਂ ਵੇਚਣੀ ਹੋਣੀ ਹੈ ਤੇ ਕੋ ਲੱਖ ਰੁਪਇਆ ਦੇਵੇ ਤਬ ਨਹੀਂ ਦੇਣੀ ਠੀਕ ਹੈ ਸੰਦੀਪ ਸਿੰਘ ਜੀ ਅਸੀਂ ਹੁਣ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਆ ਕਿੰਨੇ ਕੁ ਪੜੇ ਹੋਏ ਪਹਿਲਾਂ ਇਹ ਦੱਸੋ ਮੈਂ ਪਲੱਸ 2 ਕਰੀ ਹੋਈ ਸਰ ਅੱਛਾ ਹੋਰ ਪੜਨ ਦਾ ਸੋਚੇ ਨਹੀਂ ਅੱਗੇ ਬਸ ਉਦੋਂ ਬਾਅਦ ਚ ਸ਼ੌਂਕ ਸੀ ਸ਼ੁਰੂ ਤੋਂ ਇਹ ਧੰਦੇ ਚ ਵਰ ਗਈ ਅੱਛਾ ਤੇ ਇਸ ਧੰਦੇ ਦੇ ਨਾਲ ਹੋਰ ਆਪਾਂ ਕਿਹੜੇ ਕਿਹੜੇ ਜਾਨਵਰ ਰੱਖਦੇ ਆ ਕਰੇ ਫਿਰ ਕਰੇ ਤਕਰੀਬ ਸਾਰੀ ਨੇ ਕਬੂਤਰ ਵੀ ਨੇ ਜੀ ਅੱਛਾ ਠੀਕ ਹੈ ਨਹੀਂ ਮੁਰਗੇ ਵੀ ਨੇ ਜੀ ਅੱਛਾ ਕੁੱਤੇ ਵੀ ਨੇ ਜੀ ਠੀਕ ਹੈ ਤੇ ਹਰ ਦੀ ਤਕਰੀਬ ਹਰੇ ਆਈਏ ਅੱਛਾ ਹਾਂਜੀ ਹਾਂਜੀ ਤੇ ਫਿਰ ਹੁਣ ਬੱਕਰੀਆਂ ਦਾ ਆਪਾਂ ਕਿੰਨਾ ਕੰਮ ਆ ਜਿਹੜਾ ਉਹ ਕਰ ਰਹ ਬੱਕਰੀਆਂ ਇਸ ਟਾਈਮ ਆਪਣੇ ਕੋਲ 10-12 ਨੇ ਜੀ। ਅੱਛਾ ਜੀ। ਤਕਰੀਬ 40 ਇੰਚ ਹਾਈਟ ਤੋਂ ਆਪਣੇ ਕੋਲ ਥੱਲੇ ਬੱਕਰੀ ਹੈ ਨਹੀਂ। ਅੱਛਾ ਜੀ। 41 ਦੀ ਵੀ ਹੈਗੀ ਆ ਤੇ 40 ਇੰਚ ਹਾਈਟ ਦੀ ਆਪਣੇ ਕੋਲ ਸਭ ਤੋਂ ਛੋਟੀ ਬੱਕਰੀ 40 ਇੰਚ ਹਾਈਟ ਦੀ ਹੈ ਆਪਣੇ ਕੋਲ। ਫਿਰ ਤੁਸੀਂ ਨੇ ਕਿਵੇਂ ਸੋਚਿਆ ਵੀ ਇਸ ਕੰਮ ਨੂੰ ਅੱਗੇ ਵਧਾਉਣਾਗਾ? ਇਸ ਕੰਮ ਨੂੰ ਮੈਂ ਸ਼ੁਰੂ ਤੋਂ ਸ਼ੁਰੂ ਤੋਂ ਨਾ ਮੇਰੇ ਡੈਡੀ ਰੱਖਦੇ ਆ ਰਹੇ ਸੀ ਉਸ ਨਾਲ ਸ਼ੌਂਕ ਪੈਦਾ ਹੋ ਗਿਆ ਤੇ ਬਰੀਡ ਵੱਲ ਧਿਆਰ ਦੇਣ ਲੱਗੇ ਦੇਖਣ ਲੱਗੇ ਮੇਲਿਆਂ ਤੇ ਜਾ ਕੇ ਵੀ ਕੀ ਖਾਸੀਅਤਾਂ ਇੱਕ ਲੋਕ ਇਹ ਦੇਖ ਲਾ ਦੇ ਨਾ ਵੀ ਵੀਰ ਵੀ ਫਲਾਣੇ ਦੇ ਬੱਕਰੀ 10000 ਦੀ 15000 ਦੀ ਬੱਕਰੀ ਆ ਉਹ ਬੱਕਰੀ ਬੱਕਰੀ ਵੇਕ ਆਈ ਆਪਣੇ ਕੋਲ ਬੱਕਰੀ ਐਸ ਟਾਈਮ 5 ਲੀਟਰ ਦੁੱਧ ਵਾਲੀ ਵੀ ਹਾਜ਼ਰ ਖੜੀ ਹੈ ਜੀ ਅੱਛਾ ਜੀ ਹਾਂ ਜੀ ਸਰਦਾਰ ਚੰਨਜੀਤ ਸਿੰਘ ਜੀ ਆਪਾਂ ਗੱਲ ਕਰੀਏ ਕਿਉਂਕਿ ਆਪਾਂ ਦਾ ਚੰਗੇ ਖਾਣ ਦੇ ਪੀਣ ਦੇ ਘਰ ਦੇ ਜ਼ਿੰਮੇਦਾਰਾਂਗੇ ਕਿਸੇ ਨੇ ਐ ਤਾਂ ਨਹੀਂ ਕਿਹਾ ਕਿ ਬੱਕਰੀਆਂ ਰੱਖਦੇ ਹੋ ਯਾਰ ਤੁਸੀਂ ਨਹੀਂ ਜੀ ਇੱਕ ਕੱਲ ਹੋਰ ਹੈ ਜੀ ਕਿ ਨਾ ਸਾਡਾ ਜਿਹੜਾ ਕੰਮ ਹੈ ਸ਼ੁਰੂ ਤੋਂ ਖਾਨਦਾਨੀ ਚ ਸਾਡਾ ਸ਼ੌਕ ਹੀ ਹੈ ਡੰਗਰਾ ਨਾਲ ਬੱਕਰਿਆਂ ਨਾਲ ਜੇ ਮੈਂ ਹੁਣ ਸ਼ੁਰੂ ਤੋਂ ਹੁਣੀ ਪੈਦਾ ਸ਼ੁਰੂ ਕਰਦਾ ਫੇਰ ਤਾਂ ਲੋਕ ਕਹਿੰਦੇ ਹਾਂਜੀ ਉਹਨਾਂ ਨੂੰ ਪਤਾ ਵੀ ਇਹ ਜੈਲਦਾਰ ਨੇ ਇਹ ਤਾਂ ਕੋਈ ਨਾ ਕੋਈ ਚੀਜ਼ ਲਈ ਰੱਖਦੇ ਨੇ ਇਹਦਾ ਪਾਲਦੀ ਨੇ ਪਹਿਲੇ ਸ਼ੁਰੂ ਤੋਂ ਸਾਡੇ ਚਿੰਤੂ ਪ੍ਰਿੰਤੂ ਨਹੀਂ ਸਾਡੇ ਦੀ ਕੋਈ ਕਰਦਾ ਨਾ ਸਾਡਾ ਕੋਈ ਪਰਿਵਾਰ ਕਰੇ ਠੀਕ ਹੈ ਸਾਡੇ ਪਰਿਵਾਰ ਆਪ ਸਾਂਭਦੇ ਨੇ ਜੇ ਅਸੀਂ ਨਾ ਹੋਈਏ ਤੇ ਬੱਚਿਆਂ ਨੂੰ ਆਪ ਚੰਗਾ ਦਿੰਦੇ ਨੇ ਸੰਬਰ ਵੀ ਆਪ ਦਿੰਦੇ ਨੇ ਹੁਣ ਕਈ ਤਾਂ ਨਫ਼ਰਤਮੰਦੀਆਂ ਨੇ ਬੁੜੀਆਂ ਵੀ ਬੱਕਰੀ ਦਾ ਬੜਾ ਸੀ ਸੰਭਰੀ ਹੈ ਹਾਂਜੀ ਹਾਂ ਕੰਮ ਵਾਲੀ ਰੱਖੀ ਹੋਈ ਆ ਉਹ ਵੀ ਸੰਭਰੀ ਆ ਜੇ ਉਹ ਨਾ ਆਵੇ ਤਾਂ ਆਪ ਆਪ ਉਹਦੇ ਘਰ ਦੇ ਦੇਖਭਾਲ ਕਰਦੇ ਨੇ ਪਰਿਵਾਰ ਦਾ ਪੂਰਾ ਸਹਿਯੋਗ ਹੈ ਸਾਰੇ ਪਰਿਵਾਰ ਦਾ ਸਹਿਯੋਗ ਆ ਜੀ ਅੱਛਾ ਪੋਲਟਰੀ ਫਾਰਮ ਪਾਇਆ ਇੱਕ ਬੱਚੇ ਦਾ ਉਹ ਪੋਲਟਰੀ ਫਾਰਮ ਚਲਾ ਰਿਹਾ ਇਹ ਬੱਕਰੀਆਂ ਦਾ ਪਾਇਆ ਬੱਕਰੀਆਂ ਚਲਾ ਰਿਹਾ ਮੈਂ ਖੜੀ ਖੇੜਤਿਆਂ ਬਾਗਿਆ ਨਾਲ ਮੰਡੀ ਤੇ ਕਿਤੇ ਦੇਖਿਆ ਜਾਂ ਕੋਈ ਚੀਜ਼ ਚੰਗੀ ਲੱਗਦੀ ਮੈਨੂੰ ਦਿਖਾ ਦਿੰਦੇ ਨੇ ਵੀ ਆ ਚੀਜ਼ ਲੈਣੀ ਹੈ ਤੇ ਲੈਣੀ ਹੋ ਲੈਣੀ ਚਾਹੇ ਕਿੰਨੇ ਲੱਗ ਜਣਾ ਅੱਛਾ ਹਾਂਜੀ ਕੋਈ ਪਰਵਾਹ ਨਹੀਂ ਹੈਗੀ ਜਦੋਂ ਜਿਹੜੀ ਚੀਜ਼ ਪਸੰਦ ਆ ਗਈ ਛੱਡਣੀ ਨਹੀਂ ਠੀਕ ਹੈ ਜੀ ਕਿੰਨੇ ਮਰਜੀ ਪੈਸੇ ਲੂੰਗਰੇ ਕਬੂਤਰ ਢਾਈ ਦੇ ਫਿਰ ਕਬੂਤਰ ਤੇ ਸੰਦੀਪ ਸਿੰਘ ਜੀ ਤੁਸੀਂ ਕਿਵੇਂ ਸਾਮ ਸੰਭਾਲ ਫਿਰ ਜਾਨਵਰਾਂ ਦੀ ਕਰ ਰਹੇ ਹੋ ਇਹਨਾਂ ਨੂੰ ਖਾਣਾਕ ਦਾ ਜਿਵੇਂ ਹੁੰਦਾਗਾ ਸ਼ਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਜੋ ਵੀ ਸ਼ਡਿਊਲ ਹੈ ਉਹ ਸਾਰਾ ਦੱਸੋ ਇਹਨਾਂ ਨੂੰ ਸਵੇਰ ਜੀ ਸਵੇਰ ਇਹਨਾਂ ਨੂੰ ਦਾਣੇ ਪਾਉਣਾ ਮੱਕੀ ਹੋਗੇ ਜੋ ਹੋਗੇ ਜਿਵੇਂ ਜੋ ਬੀਜੇ ਹੋਏ ਸੀ ਉਹਨਾਂ ਆਪਣੇ ਆਗੇ ਤੇ ਕਣਕ ਹੋਗੀ ਇਹਨਾਂ ਨੂੰ ਮਿਕਸ ਕਰਕੇ ਸਵੇਰ ਦਾਣੇ ਖਲਾ ਦੇ ਦਿੰਦੇ ਨੇ ਉਦੋਂ ਵਜh 2 ਘੰਟੇ ਨੂੰ ਰੈਸਟਰੇ ਤੇ ਰਹਿੰਦੇ ਨੇ ਜੀ ਅੱਛਾ ਜੀ ਠੀਕ ਹੈ ਨਾ ਉਦੋਂ ਵਜh ਦੁਪਹਿਰ ਦਾ ਖਾਣਾ ਹੋ ਜਾਂਦਾ ਉਹ ਦੁਪਹਿਰ ਸ਼ਾਮ ਨੂੰ ਇਹਨਾਂ ਨੂੰ ਖਲਾ ਕੇ ਜਦੋਂ ਖਾ ਲਿਆ ਸ਼ਾਮ ਨੂੰ ਇਹਨਾਂ ਨੂੰ ਖੁੱਲੇ ਇੱਕ ਵਾਰੀ ਸਾਰੀਆ ਸਾਫ਼ ਕਰ ਦਿੰਦੇ ਨੇ ਜੋ ਕਿ ਸਵੇਰੇ ਇਹ ਜਿਹੜਾ ਇਹਨਾਂ ਨੂੰ ਖਾਣਾ-ਦਾਣਾ ਪਾਉਣਾ ਉਹ ਸਹੀ ਢੰਗ ਨਾਲ ਖਾ ਲੈਂਦੇ ਅੱਛਾ ਹਾਂਜੀ ਬਾਕੀ ਕੰਟਾ ਅੱਧਾ ਘੰਟਾ ġੇੜਾ ਦਵਾ ਦਿੰਦੇ ਇੱਥੇ ਨਾਲ ਹੀ ਖੇਤ ਨੇ ਆਪਣੇ ਖੁੱਲੇ ਛੱਡ ਕੇ ਇਹਨਾਂ ਨੂੰ ġੇੜਾ ਦਵਾ ਦਿੰਦੇ ਹਰੇ-ਚਾਰੇ ਦੀ ਗੱਲ ਕਰੀਏ ਹਰਾ-ਚਾਰਾ ਵੀ ਪਾਉਂਦੇ ਹੋਵੋਗੇ ਕਿਹੜੇ-ਕਿਹੜੇ ਪਾਉਨੇ ਹੋ ਫਿਰ ਹਰਾ ਤਕਰੀਬ ਇਹਨਾਂ ਨੂੰ ਚੇਂਜ ਕਰਨ ਵਾਸਤੇ ਥੋੜਾ ਜਿਆ ਇਹ ਆ ਵੀ ਖਾਣਾ-ਪੀਣਾ ਚੇਂਜ ਕਰਕੇ ਬਰਸੀਨ ਸਾਫਤਾ ਪਾ ਦਿੰਦੇ ਜੀ ਕੁਝ ਦਿਨ ਸਾਫ ਤੇ ਇਹਨਾਂ ਨੂੰ ਥੋੜਾ ਚੇਂਜ ਹੋ ਜਾਂਦਾ ਇਸਕਾ ਜੀ ਆਪਣਾ ਜਾਨਵਰਾਂ ਦੀ ਗੱਲ ਕਰੀਏ ਕਿੰਨੀ ਕੁ ਕਣਕ ਆ ਜਿਹੜੀ ਆਪਣਾ ਇਹ ਦਾਣੇ ਵਗੈਰਾ ਖਾਂਦੇ ਨੇਗੇ ਇੱਕ ਵੱਡਾ ਜਾਨਵਰ ਤੇ ਛੋਟਾ ਨਾਰਮਲ ਜਾਨਵਰ ਉਹ ਕਿੰਨੀ ਖਾ ਜਾਂਦਾਗਾ ਦੇਖੋ ਜਿਹੜੇ ਆਪਣੇ ਕੋਲ ਸ਼ੁਰੂ ਤੋਂ ਰੱਖਿਆ ਹੈਗੇ ਨੇ ਉਹਨਾਂ ਦੇ ਕੁਐਸਟੀ ਤਕਰੀਬ ਅੱਧਾ ਕਿਲੋ ਤੇ ਆ ਰਹੀ ਹੈ ਅੱਧਾ ਕਿਲੋ ਚ ਇਹ ਪੇਟ ਇਹਨਾਂ ਦਾ ਪੂਰਾ ਹੋ ਜਾਂਦੇ ਨੇ ਜਿਨ੍ਹਾਂ ਨੇ ਜਿਵੇਂ ਨਵੀਂ ਬੱਕਰੀ ਆਈ ਆਪਣੀ ਇਹ ਇਹ ਥੋੜੀ ਹੁਣ ਜ਼ਿਆਦਾ ਖਾਊਗੀ ਨੂੰ ਮੂਕ ਵੀ ਲੱਗੂਗੀ ਇੱਕ ਦੋ ਦਿਨ ਤੇ ਇਹਨਾਂ ਨੂੰ ਪਾਈ ਨਹੀਂ ਹੋਈ ਪਹਿਲਾ ਦਾਣੇ ਨਹੀਂ ਤਕਰੀਬ ਅੱਧਾ ਕਿਲੋ ਦੀ ਐਵਰੇਜ ਪੈਰੀ ਇੱਕ ਬੱਚੇ 1 ਜਨਵਰ ਦੀ ਮੈਂ ਕਿਹਾ ਤਾਂ ਨਹੀਂ ਪੈਰੀ ਖਰਾਕ ਨਹੀਂ ਨਹੀਂ ਖਰਾਕ ਕੋਈ ਮੰਗਣੀ ਅੱਛਾ ਹਾਂਜੀ ਹਾਂ ਜਨਵਰ ਫਿਰ ਆਪਾਂ ਜਿਹੜੀ ਜਿਹੜੀ ਕੁਆਲਿਟੀ ਦੇ ਵਿੱਚ ਰੱਖਿਓਨੇਗੇ ਜਦਾ ਜਨਵਰ ਆਪਣੇ ਨੂੰ ਟੋਟਲੀ ਤਕਰੀਬ ਬਿੱਟਲ ਹੀ ਨੇ ਸਾਰੇ ਅੱਛਾ ਜੀ ਹਾਂਜੀ ਹਾਂ ਤੇ 2 ਐਚ ਕੀ ਇੱਕ ਸ਼ੌਂਕ ਹੋਰ ਸੀ ਭੇਡੂ ਰੱਖਣੇ ਸੀ ਜਮਨਾਪੁਰੀ ਉਹ ਵੀ ਲੈ ਕੇ ਆਏ ਜੀ ਦੋ ਬੱਚੇ ਨੇ ਆਪਣੇ ਕੋਲ ਭੇਡੂ ਹੀ ਨੇ ਨਹੀਂ ਮੇਲ ਫੀਮੇਲ ਨੇ ਉਹ ਦੋ ਅੱਛਾ ਜੋੜੀ ਹੈ ਜੋੜੀ ਹੈ ਠੀਕ ਹੈ ਜੀ ਹਾਂ ਮੇਲ ਫੀਮੇਲ ਸੰਦੀਪ ਭਾਈ ਜੀ ਆਪਾਂ ਗੱਲ ਕਰੀਏ ਅੱਜ ਕੱਲ ਤਾਂ ਜ਼ਿਆਦਾਤਰ ਕ੍ਰੀਏਟ ਸਿਸਟਮ ਦੇ ਜਿਹੜੋ ਫਾਰਮਾ ਉਹ ਬਣ ਰਹੇ ਨੇਗੇ ਤੇ ਆਪਾਂ ਕ੍ਰੀਏਟ ਸਿਸਟਮ ਕਿਉਂ ਨਹੀਂ ਬਣਾਇਆ ਉਹਰੇ ਉਹ ਕਿਸ ਨੇ ਆਪਣਾ ਸ਼ਿਫਟ ਕਰਿਆ ਆਪਣੇ ਮਕਾਨੀ ਜੀ ਪਹਿਲਾਂ ਪਿੰਡ ਦੇ ਵਿੱਚ ਸੀ ਮਕਾਨ ਤੇ ਹੁਣ ਇੱਥੇ ਆਪਾਂ ਖੇਚ ਰਿਹਾ ਸ਼ਕਰੀਆ ਤੇ ਵੈਸੇ ਪਿੰਡ ਵੀ ਆਪਣੇ ਕੱਚੀ ਸੀ ਤੇ ਜ਼ਿਆਦਾ ਬਿਹਤਰ ਮੈਨੂੰ ਬਿਹਤਰ ਲੱਗਿਆ ਵੀ ਕੱਚੇ ਚ ਮਾਸਤ ਰਹਿੰਦੀ ਆ ਬੱਕਰੀ ਮਾਸਤ ਰਹਿੰਦੀ ਆ ਤੇ ਕੋਈ ਇਦਾਂ ਦੀ ਦਿੱਕਤ ਨਹੀਂ ਆ ਰਹੀ ਮੈਨੂੰ ਮੈਨੂੰ ਪਿੰਡ ਵੀ ਕੋਈ ਦਿੱਕਤ ਨਹੀਂ ਇਸ ਕਰਕੇ ਮੈਂ ਇੱਥੇ ਕਰਕੇ ਬਾਕੀ ਹਜੇ ਥੋੜਾ ਰਹਿ ਜਾਂਦਾ ਵੀ ਅਧੂਰਾ ਹੈ ਤੇ ਕੁਝ ਜ਼ਿਆਦਾ ਮੈਂ ਇਹ ਵੀ ਸਮਝਦਾ ਵੀ ਫਾਰਮ ਦੇ ਉੱਤੇ ਜ਼ਿਆਦਾ ਪੈਸਾ ਲਾਉਣ ਦੀ ਜ਼ਰੂਰਤ ਨਹੀਂ। ਅੱਛਾ। ਜੋ ਕਿ ਪਸ਼ੂ ਨੂੰ ਸਹੀ ਸਹੂਲਤ ਮਿਲ ਰਹੀ ਆ ਕੋਈ ਜ਼ਿਆਦਾ ਪੈਸਾ ਲਾਉਣ ਦੀ ਫਾਰਮ ਤੇ ਜ਼ਰੂਰਤ ਨਹੀਂ ਹੈਗੀ। ਆਪਾਂ ਫਾਰਮ ਤੇ ਪੈਸਾ ਜ਼ਿਆਦਾ ਲਾਇਆ ਜਾ ਜਾਨਵਰਾਂ ਤੇ ਲਾਇਆ ਫਿਰ। ਨਹੀਂ ਜਾਨਵਰਾਂ ਦੀ ਲੱਗਿਆ ਹੋਇਆ ਜੀ। ਫਾਰਮ ਦੇ ਨਹੀਂ ਜ਼ਿਆਦਾ ਲਾਇਆ ਹੋਇਆ ਜਾਨਵਰ। ਯਾਨੀ ਕਿ ਕਿੰਨੇ ਕੀਮਤ ਦੇ ਜਾਨਵਰ ਨੇ ਆਪਣੇ ਕੋਲੇ ਫਿਰ? ਜਾਨਵਰਾਂ ਦੀ ਤਕਰੀਬ ਆਪਣੇ ਕੋਲ ਬੱਕਰੀ ਹੈਗੀ ਆ ਜੀ। ਹੁਣ ਦੁਬਾਰਾ ਗੱਭਣਾ 2 ਤੋਂ 2.5 ਮਹੀਨਾ ਦੀ ਗੱਭਣ ਹੋਗੀ। ਉਹ ਤਾਂ 70000 ਰੁਪਏ ਵੀ ਲੱਗਦੇ ਸੀ ਆਪਾਂ ਸੇਲ ਨਹੀਂ ਕਰੀ। ਬੱਕਰੀ ਤੇ ਵੀ ਲੱਗੇ ਨੇ ਆਪਣੇ ਪੈਸੇ ਬੱਕਰੀ ਤੇ ਵੀ ਪੈਸੇ ਲੱਗ ਰਹੇ ਨੇ ਜੀ ਬੱਕਰੀ ਤਾਂ ਬਹੁਤ ਮੰਗ ਰ ਬੱਕਰਾ ਸੇਲ ਨਹੀਂ ਕਰ ਬਰੀਡਰ ਆਪਾਂ ਸੇਲ ਨਹੀਂ ਕਰਨਾ ਇਹੋ ਅੱਛਾ ਉਹਦਾ ਬੱਚਾ ਬਹੁਤ ਚੰਗੇ ਆਉਂਦੇ ਨੇ ਜੀ ਫਿਰ ਆਪਾਂ ਇਹ ਬੱਚੇ ਲੈਣ ਲਈ ਵਾਸਤੇ ਹੀ ਰੱਖਿਆ ਬੱਚੇ ਲੈਣ ਵਾਸਤੇ ਹੀ ਰੱਖਨੇ ਨੇ ਬੱਕਰੀਆਂ ਵੀ ਨੇ 4-5 ਬੱਕਰੀਆਂ ਨੇ ਆਪਣੇ ਕੋਲ ਜੀ ਪੰਜੇ ਬੱਕਰੀਆਂ ਬੱਚਿਆਂ ਵਾਸਤੇ ਨੇ 40 ਹਾਈਟ ਤੋਂ ਥੱਲੇ ਬੱਕਰੀ ਹੈ ਨਹੀਂ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਬੱਚਿਆਂ ਵਾਸਤੇ ਹੀ ਰੱਖਿਆ ਹੋਈਆਂ ਨੇ ਆਪਣੇ ਕੋਲ ਇਹਨਾਂ 'ਚ ਕੋਈ ਸੇਲ ਨਹੀਂ ਸੀ ਸਰਦਾਰ ਜੀ ਅਸੀਂ ਤੁਹਾਡੇ ਪਾਸੋਂ ਵੀ ਪੁੱਛਦੇ ਹਾਂ ਕਿ ਆਪਾਂ ਜਾਨਵਰਾਂ ਦੀ ਬਰੀਡ ਤਿਆਰ ਕਰ ਰਹੇ ਹਾਂ ਜਾਂ ਮੀਟ ਵਾਸਤੇ ਵੀ ਅਸੀਂ ਜੋ ਹਲਕਾ ਕੋਈ ਹੁੰਦਾ ਜਾਂ ਕੋਈ ਸਾਡੇ ਕੋਈ ਰੇਟ ਚ ਮਿਲਦਾ ਉਹ ਅਸੀਂ ਮੀਟ ਵਾਸਤੇ ਵੀ ਤਿਆਰ ਕਰਦੇ ਹਾਂ ਮੀਟ ਵਾਲਿਆਂ ਨੂੰ ਦੇ ਦਿੰਦੇ ਆ ਬਾਕੀ ਜਿਆਦਾ ਅਸੀਂ ਬਰੀਡ ਮਤਲਬ نسل ਤਿਆਰ ਕਰਦੇ ਆ ਵੀ نسل ਆਪਦੀਆਂ ਬੱਕਰੀਆਂ ਲੈ ਕੇ ਆਪ ਦਾ ਬਰੀਡ ਰੱਖ ਕੇ ਆਪ ਦਾ ਸਾਰਾ ਸਿਸਟਮ ਰੱਖ ਕੇ ਤੇ ਜਿਹੜੀਆਂ ਉਹ ਪੱਕੀਆਂ ਰੱਖੀਆਂ ਹੋਈਆਂ ਨੇ ਉਹ ਤਾਂ ਅਸੀਂ ਬੱਚਾ ਬਾਤ ਹੀ ਆ ਬਰੀਡ ਬਾਤ ਆ ਬਰੀਡ ਤਿਆਰ ਕਰਨੀ ਆ ਤੇ ਬੱਕਰੀਆਂ ਹੋ ਸਕਦਾ ਅਸੀਂ ਅਗਲੇ ਸਾਲ ਨੂੰ 14-15 ਬੱਕਰੀਆਂ ਤੇ ਮਤਲਬ ਬੱਚਿਆ ਵਾਸਤੇ ਰੱਖਣੀਆਂ ਨੇ ਕਿਉਂ ਸਾਡੇ ਕੋਲ ਡਿਮਾਂਡ ਬਹੁਤ ਵਾਰੀ ਆ ਬੱਚੇ ਦੀ ਤੇ ਜਿਹੜਾ ਸਾਡਾ ਮਤਲਬ ਪੱਕਰਾ ਰੱਖਿਆ ਹੋਇਆ ਹੈ ਮਨੀਟਰ ਉਹਦੀ ਉਹਦੇ ਬੱਚੇ ਤੇ ਉਹਦੀ ਜਿਹੜੀਆਂ ਬੱਕਰੀਆਂ ਨੇ ਆਪਣੀਆਂ ਵੱਡੇ ਕਦਰੀਆਂ ਨੇ ਵੱਧ ਦੁੱਧ ਵਾਲੀਆਂ ਨੇ 5-5 ਲੀਟਰ ਦੁੱਧ ਵਾਲੀ ਬੱਕਰੀ ਆਪਣੇ ਕੋਲ ਹੈਗੀ ਆ ਉਹਦੇ ਬੱਚੇ ਹਰੇਕ ਮੰਗਦਾ ਜਿੱਥੇ ਵੀ ਫੋਟੋ ਪਾਉਣੀਆਂ ਜਾਂ ਜਿੱਥੇ ਮੰਡੀ ਤੇ ਜਾਣੀਆਂ ਉਹਦੀ ਸਾਧੋ ਸਾਥੋਂ ਤਾਂ ਮੰਗ ਨਹੀਂ ਪੂਰੀ ਹੋ ਰਹੀ ਬੱਚਿਆਂ ਦੀ ਅੱਛਾ ਜੀ ਹਾਂ ਉਸ ਕਰਕੇ ਅਸੀਂ ਅਗਲੇ ਆਉਂਦੇ ਦਿਨਾਂ ਨੂੰ ਕੁਛ ਤਾਂ ਹੁਣ 2-3 ਪੱਠਾ ਸਾਡੀ ਆਪਦੀ ਨਾਲ ਜਾਣੀਆਂ ਤੇ ਆਉਂਦੇ ਦਿਨਾਂ ਨੂੰ ਕੁਛ ਵਧਾ ਕੇ ਹੋਰ 15-20 ਬੱਕਰੀਆਂ ਕਰਕੇ ਤੇ ਉਹਦੇ ਉਹਦੇ ਮਤਲਬ ਨਸਲ ਤਿਆਰ ਕਰਕੇ ਉਹਦੇ ਉਹ ਨਸਲ ਦੇ ਬੱਚੇ ਤਿਆਰ ਕਰਕੇ ਅਸੀਂ ਦਿਆ ਕਰਾਂਗੇ ਠੀਕ ਹੈ ਜੀ ਹਾਂਜੀ ਬੱਚੇ ਸੇਲ ਕਰਾਂਗੇ ਬੱਚੇ ਸੇਲ ਕਰਾਂਗੇ ਸੰਦੀਪ ਸਿੰਘ ਜੀ ਫਿਰ ਆਪਾਂ ਕਿੰਨੇ ਕਿੰਨੇ ਮਹੀਨਿਆਂ ਦੇ ਬੱਚੇ ਆ ਜਿਹੜੇ ਉਹ ਸੇਲ ਕਰਦੇ ਆਂਗੇ ਉਹ ਆਪਾ ਘਟੂ ਘਟ ਤਿੰਨ ਮਹੀਨੇ ਦਾ ਬੱਚਾ ਸੇਲ ਕਰਦੇ ਅੱਛਾ ਜੀ ਤਿੰਨ ਮਹੀਨੇ ਤੋਂ ਘਟੂ ਦਾ ਬੱਚਾ ਸੇਲ ਕਰ ਦੇਣੀ ਹੈ ਛੋਟਾ ਕਿਉਂ ਨਹੀਂ ਕਰਦੇ ਸੀ ਨਹੀਂ ਛੋਟਾ ਬੱਚਾ ਦੇਖੋ ਉਸ ਟੈਸ ਟਾਈਮ ਤੇ ਤਾਂ ਸਹੀ ਹੁੰਦਾ ਬੱਚਾ ਮਾਂ ਦਾ ਦੁੱਧ ਚੁੰਗਦਾ ਜਦੋਂ ਮਾਂ ਦਾ ਦੁੱਧ ਚੁੰਗ ਕੇ ਹਟ ਜਾਂਦਾ ਤੇ ਬੱਚਾ ਘਰੇ ਉਹਨਾਂ ਬੰਦੇ ਤੋਂ ਨਹੀਂ ਕੇਅਰ ਹੁੰਦੀ ਹੁੰਦੀ ਜੀ ਅੱਛਾ ਜੀ ਤੇ ਕੱਲ ਨੂੰ ਬੰਦਨਾਮੀ ਕੀ ਹੋਗੀ ਉਹ ਬੱਕਰੇ ਬਰੀਡਰ ਦਾ ਬੱਚਾ ਹੈਗਾ ਉਹ ਕਸਾ ਰਹਿ ਜਾ ਤਿੰਨ ਮਹੀਨੇ ਤੋਂ ਛੋਟਾ ਬੱਚਾ ਆਪਾ ਸੇਲ ਕਰਨਾ ਜੀ ਠੀਕ ਹੈ ਜੇ ਆਪਾਂ ਗੱਲ ਕਰੀਏ ਤਿੰਨ ਮਹੀਨੇ ਦਾ ਬੱਚਾ ਆਪਣੇ ਫਾਰਮ ਦੇ ਵਿੱਚੋਂ ਕਿੰਨੀ ਕੀਮਤ ਦਾ ਆਪਾਂ ਵੇਚ 15 ਤੋਂ 18000 ਦਾ ਹੀ 3 ਮਹੀਨੇ ਦਾ ਬੱਚਾ ਆ ਪੰਦੇਰਾ ਮੰਡੀ ਤੇ ਸੇਲ ਕਰਿਆ ਬੱਚਾ ਜੀ ਅੱਛਾ ਜੀ ਤੇ 35 ਕਿਲੋ weight ਸੀ ਬੱਚੇ ਦਾ ਤੇ 3 ਮਹੀਨੇ 5-4 ਦਿਨਾਂ ਦਾ ਬੱਚਾ ਸੀ ਜੀ ਤੇ 15 ਤੋਂ 18000 ਦੇ ਸੇਲ ਵਿੱਚ ਜ ਤਕਰੀਬ ਹੋਗਾ ਬੱਚੇ ਠੀਕ ਹੈ ਵਧੀਆ ਕੀਮਤ ਮਿਲ ਰਹੀ ਹੈ ਫਿਰ ਤਾਂ ਹਾਂ ਜੀ ਬੱਚੇ ਤੇ ਬਰੀਡ ਤੇ ਹੀ ਕੰਮ ਕਰ ਰਹੇ ਹੋ ਤੁਸੀਂ ਬਰੀਡ ਤੇ ਹੀ ਕੰਮ ਕਰਦੇ ਹਾਂ ਠੀਕ ਹੈ ਜੀ ਸੰਦੀਪ ਸਿੰਘ ਜੀ ਸਾਨੂੰ ਜਾਨਵਰ ਜਰੂਰ ਦਿਖਾਓ ਤੁਹਾਡੀਆਂ ਜੋ ਬੱਕਰੀਆਂ ਨੇ ਪਹਿਲਾਂ ਤਾਂ ਬੱਕਰੀਆਂ ਦਿਖਾਓ ਬੱਕਰੀ ਦਿਖਾਣੇ ਪਹਿਲਾਂ ਲਓ ਜੀ ਕਿਸਾਨ ਵੀਰੋ ਆਪਾਂ ਬਾਈ ਦੇ ਤੁਹਾਨੂੰ ਜਾਨਵਰ ਦਿਖਾਉਨੇ ਆਂਗੇ ਤੇ ਸਵਾ ਦੋ ਮਹੀਨੇ ਦੀ ਗੱਭਣ ਹੋ ਗਈ ਜੀ। ਅੱਛਾ। ਹਾਂਜੀ। ਕਿੰਨੇ ਦੰਦ ਹੈਗੀ? ਇਹ ਪੂਰੇ ਦੰਦ ਹੋ ਗਈ ਜੀ। ਅੱਛਾ। ਅਸੀਂ ਤਾਂ ਨਹੀਂ ਕਿ ਦੰਦ। ਨਹੀਂ ਜੀ। ਅੱਛਾ। ਤੁਸੀਂ ਫੀਤਾ ਮਾਰ ਕੇ ਦਿਖਾਉਂਗੇ? ਹਾਂਜੀ ਫੀਤਾ ਮਾਰਨਾ ਜ਼ਰੂਰੀ। ਅੱਛਾ। ਲੋ ਬਾਈਓ ਬਾਈ ਕੋਲ ਤਕਰੀਬਨ ਬਹੁਤ ਸਾਰੇ ਜਾਨਵਰ ਨੇਗੇ। ਜੇ ਆਪਾਂ ਦੁੱਧ ਵਾਲੇ ਦੀ ਗੱਲ ਕਰੀਏ ਦੁੱਧ ਵਾਲੇ ਜੰਗ ਦੇ ਜਾਨਵਰ ਬਾਈ ਰੱਖਦਾਗਾ। ਆਪਾਂ ਫੀਤਾ ਮਾਰ ਕੇ ਦਿਖਾ ਰਹੇ ਅੰਗੇ। ਅੱਛਾ। ਠੀਕ ਬਾਈ ਜੀ ਤਕਰੀਬਨ 39 ਤੋਂ 40 ਦੇ ਵਿੱਚ ਬੱਕਰੀ ਦਾ ਕੱਦ ਆ 40 ਕਹਿ ਸਕਦੇ ਆਂਗੇ ਆਪਾਂ ਅੱਛਾ ਇਹ ਵੱਡੀ ਹੈ ਕਿੰਨੇ ਤਾਂ ਦੀ ਬੱਕਰੀ ਹੈ ਬਾਈ ਜੀ ਪਹਿਲਾਂ ਅੱਛਾ ਇਹ 41 ਹੈ ਜੀ ਠੀਕ ਹੈ 40 ਤੋਂ 41 ਦੇ ਵਿੱਚ ਹੈ ਬਾਈ ਉਹ ਹੁਣ ਕਿੰਨੇ ਮਹੀਨੇ ਦੀ ਗੱਪਣਾ ਇਹ ਨਹੀਂ ਹਜੇ ਦਵਾਰਾ ਹੋਈ ਨਹੀਂ ਕਰੋਸੀ ਇਹ ਸੂਈ ਹੋਈ ਹੈ ਜੀ ਹਾਂ ਜੀ ਗੈਰੀ ਦੇ ਬੱਚੇ ਲੈ ਕੇ ਬਸ ਬੱਚੇਗੇ ਹਾਂ ਜੀ ਹਾਂ ਜੀ ਬੱਚੇ ਦਿਖਾਓ ਸਾਨੂੰ ਉਹ ਮੋੜ ਕੇ ਲਿਆਓ ਗੈਰੀ ਉਧਰ ਨੇ ਦੋਨੋਂ ਬੱਚੇ ਦੁੱਧ ਦੀ ਕੁਆਲਿਟੀ ਕੀ ਹੈ ਦੀ ਦੁੱਧ ਨੇ 5 ਲੀਟਰ ਕਰਿਆ ਜੀ ਅੱਛਾ ਹੁਣ ਤਾਂ ਹੋ ਗਿਆ ਇਹ ਜੀ ਡੇਢ ਕੁ ਮਹੀਨਾ ਸੂਈ ਨੂੰ ਇਹਨੂੰ ਅੱਛਾ ਹਾਂ ਇਹਨੇ 5 ਲੀਟਰ ਦੁੱਧ ਦਿੱਤਾ ਜੀ ਇਹਨੂੰ ਤੋੜ ਕੇ ਦਿਖਾਵਾਂਗੇ ਮਾੜੀ ਹਾਂ ਜੀ ਹਾਂ ਜੀ ਤੋੜ ਕੇ 5 ਲੀਟਰ ਆਪਾਂ ਮਿਣਿਆ ਬਾਈ ਜੀ 5 ਲੀਟਰ ਮਿੰਟ ਕੇ ਦੱਬਾ ਮਾਰ ਕੇ ਦੇਮ ਸੇਲ ਤਾਂ ਨਹੀਂ ਕਰਨੀ ਨਹੀਂ ਜੀ ਸੇਲ ਵੱਡੀਆਂ ਚ ਕੋਈ ਵੀ ਸੇਲ ਨਹੀਂ ਬੱਕਰੀ ਦੇ ਦੇਖ ਸਕਦੇ ਹੋ ਬਾਈ ਜੀ ਬਹੁਤ ਸੋਹਣੀ ਬੱਕਰੀਆਂ ਬਾਈ ਦੇ ਕੋਲੇ 5 ਲੀਟਰ ਬਾਈ ਕਹਿੰਦੇ ਦੁੱਧ ਦਾ ਕਿੰਨੇ ਜਾਨਵਰ ਦਿੱਤੇ ਨੇ ਹੁ ਇਹਦੇ ਜੀ ਦੋ ਬੱਚੇ ਸੀ ਠੀਕ ਹੈ ਲਓ ਬਾਈ ਉਹ ਬੱਕਰੀ ਦਾ ਬੱਚਾ ਦਿਖਾਉਣਾ ਇਹ ਬੱਕਰਾ ਜੀ ਇਹ ਨਹੀਂ ਪਾਠਾ ਜੀ ਅੱਛਾ ਇਹ 1 ਮਹੀਨਾ ਅੱਜ 13 ਦਿਨਾਂ ਦੀ ਹੋ ਗਈ ਜੀ ਇਹਦਾ ਦੂਸਰਾ ਜਾਨਵਰ ਇਹਦੇ ਨਾਲ ਮੇਲ ਵਿੱਚ ਤਸੀਲ ਕਰਤਾ ਸੀ ਬ੍ਰੀਡਰ ਵਾਸਤੇ ਲੈ ਗਿਆ ਸੀ ਕੋਈ ਰੱਖਣ ਵਾਸਤੇ ਠੀਕ ਠੀਕ ਹੈ ਜੀ ਇਹ ਕਿੰਨੇ ਮਹੀਨੇ ਦਾ ਬੱਚਾ ਹੋਊ ਫਿਰ 1 ਮਹੀਨਾ 13 ਦਿਨਾਂ ਦਾ ਬੱਚਾ ਹੋਊਗਾ ਅੱਛਾ ਜੀ ਹਾਂ ਜੀ ਦੁੱਧ ਤਕਰੀਬ ਸਾਰੀ ਝੁੰਗਦੀ ਹੈ ਇਹ ਅੱਛਾ ਸਾਰਾ ਇਸੇ ਵਾਸਤੇ ਹੀ ਇਸੇ ਵਾਸਤੇ ਹੀ ਜੀ ਉਹਦੀ ਠੀਕ ਹੈ ਜੀ ਛੋਟਾ ਜਿੰਨਾ ਇਹਨੇ ਪੀਣਾ ਕੱਪੜਾ ਫਿਰ ਪਾਉਂਦੇ ਨਹੀਂ ਆ ਵੀ ਇਹ ਝੁੰਗਦੀ ਜਗ੍ਹਾ ਨਹੀਂ ਇਹੀ ਹੈ ਜੀ ਦੁੱਧ ਹਾਂ ਜੀ ਠੀਕ ਹੈ ਜੀ ਲਓ ਹੋਰ ਕੀ ਆਪਣੇ ਕੋਲੇ ਬਾਈ ਜੀ ਲਓ ਬਾਈਓ ਵੀਡੀਓ ਬੜੀ ਇੰਟਰਸਟਿਡ ਹੈ ਇਹਦੇ ਬੱਚੇ ਜੋੜਾ ਸੀ ਉਹ ਸੇਲ ਕਰਤੇ ਜੀ ਹਾਂਜੀ ਕਿੰਨੇ ਦੰਦ ਗਏ ਇਹ 6 ਦੰਦ ਸੀ ਸ਼ਾਇਦ ਹੁਣ 8 ਕਰ ਗਏ ਯਾਰ 6 ਹੀ ਆਪਾਂ 6 ਜਿਹੇ ਤੋੜ ਗੀ 8 ਦੇ 8 ਦੰਦ ਤੋੜ ਗੀ ਅੱਛਾ ਕਹਿ ਸਕਦੇ ਆ ਵੀ 8 ਦੰਦ ਵੱਲ ਗੀ ਇਹਦਾ ਕੱਦ ਕਿੰਨਾ ਹੋਊਗਾ ਇਹਦਾ ਹੈਗਾ ਜੀ 3.58 ਹਾਈਟ ਅੱਛਾ ਹਾਂਜੀ ਦੁੱਧ ਕੀ ਰਿਕਾਰਡ ਹੈ ਦਾ ਦੁੱਧ ਮਿਲਣੀ ਇਹਦਾ ਜੀ ਅੱਛਾ ਇਹਦਾ ਨਹੀਂ ਮਿਲਣਾ ਜੀ ਠੀਕ ਹੈ ਹੁਣ ਇਹ ਗੱਬਣ ਨਹੀਂ ਦੁਬਾਰਾ ਹੁਣ ਗੱਬਣ ਕਰਾਉਣੀ ਆ ਬਸ ਜੀ ਬਾਰਸ਼ੀ ਪੈ ਗਈ ਹੁਣ 2-4 ਹਫ਼ਤੇ ਦੰਦ ਜਨਾਂ ਚ ਹੋ ਜੂਗੀ ਅੱਛਾ ਅੱਛਾ ਹਾਂਜੀ ਠੀਕ ਆਈ ਇਸ ਬੱਕਰੀ ਵਾਰ ਕੀ ਕਰਨਾ ਹੈ ਇਸ ਬੱਕਰੀ ਦਾ ਬੱਚਾ ਜੀ ਇਹ ਅੱਛਾ ਤੇ ਇਹਦਾ ਸਾਡੇ ਬੱਕਰੀ ਨੂੰ ਕਦਮ ਮਿਹਣੋ ਲੈਦਾ ਇਹਦਾ ਇਹਦਾ 39 ਹਾਈਟ ਹੈ 39 ਹਾਈਟ ਬੜਾ ਚੰਗਾ ਜਾਨਵਰ ਹੈ ਨਾ ਤੁਸੀਂ ਤਾਂ ਨਹੀਂ ਅੱਖ ਦਾ ਕੋਈ ਮੈਟਰ ਕਰਦੇਗੇ ਨਹੀਂ ਲਾਲ ਅੱਖ ਨਹੀਂ ਅੱਖ ਦੇ ਕੋਈ ਮੈਟਰ ਨਹੀਂ ਦੇਖੋ ਇਹਦੀ ਲਾਲ ਆ ਬੱਚਾ ਚਿੱਟੀ ਦਾ ਆ ਜੀ ਅੱਛਾ ਠੀਕ ਹੈ ਨਾ ਤੇ ਬਾਕੀ ਸੁਨੱਖਾ ਬਣਾ ਅੱਖ ਨਾਲ ਕੁਝ ਨਹੀਂ ਜੀ ਠੀਕ ਹੈ ਅੱਖ ਕਿਤੇ ਵੀ ਇਹਦਾ ਇੱਕ ਬਾਧੂ ਇਹ ਹੈ ਵੀ ਹਾਂ ਜੇ ਕੋਈ ਕਿਸੇ ਨੇ 2000 ਘੱਟ ਦੇ ਦਿੱਤੀ ਤਾਂ ਉਹ ਲਾਲ ਅੱਖ ਵਾਲੀ ਵੀ ਸਹੀ ਹੋ ਜਾਂਦੀ ਆ ਅੱਛਾ ਹਾਂ ਅੱਖ ਨਾਲ ਕੋਈ ਵੇਟ ਨਹੀਂ ਹੈਗਾ ਜੀ ਕੁਆਲਿਟੀ ਬਾਰੇ ਕੀ ਕਹਿਣਾ ਹੈ ਇਸ ਬੱਕਰੀ ਦੀ ਬਾਰੇ ਕੁਆਲਿਟੀ ਇਹਦੀ ਚਵਾਈ ਦੀ ਵੀ ਜੀ ਇਹਦੇ 38 38 ਦੇ ਤਕਰੀਬ ਹਾਈਟ ਆ ਜੀ ਠੀਕ ਹੈ ਜੀ ਇਹਦੀ 4.5 ਲੀਟਰ ਦੁੱਧ ਇਹਨੇ ਤਾਜੀ ਨੇ ਕੱਢਿਆ ਜੀ ਹਾਂਜੀ ਹਾਂ ਜੀ ਹੁਣ ਇਹ ਗੱਪਣ ਇਹਦੇ ਗੱਪਣ ਹੋ ਗਈ ਜੀ ਦੁਬਾਰਾ ਹਫਤੇਕ ਦੀ ਗੱਪਣ ਹੋ ਗਈ ਜੀ ਦੁਬਾਰਾ ਦੁੱਧ ਦਾ ਕੀ ਰਿਕਾਰਡਰ ਦੱਸਿਓ ਤੁਸੀਂ ਦੁੱਧ 4.5 ਲੀਟਰ ਈ ਹਾਂ 4.5 ਲੀਟਰ ਹਾਂਜੀ ਆਪ ਆਪਣੇ ਆਪ ਡੱਬੇ ਮਾਰੀ ਜੀ ਠੀਕ ਹੈ ਖਾਣ ਓਕੇ ਨੇ ਬਿਲਕੁਲ ਜਮਾ ਬਿਲਕੁਲ ਓਕੇ ਜੀ ਸਾਰੇ ਕੋਈ ਲੈ ਵਿੱਚ ਨਹੀਂ ਠੀਕ ਹੈ ਭਾਈ ਜਿਵੇਂ ਥਣਾ ਦੀਆਂ ਕੋਈ ਬਿਮਾਰੀਆਂ ਆਉਂਦੀਆਂ ਰਹਿੰਦੇ ਨੇ ਤੁਹਾਨੂੰ ਕੋਈ ਬਿਮਾਰੀਆਂ ਸੰਬੰਧੀ ਕੋਈ ਜਿਆਦਾ ਦਿੱਕਤ ਤਾਂ ਨਹੀਂ ਹੁਣ ਨਹੀਂ ਅੱਜ ਤੱਕ ਤਾਂ ਕੋਈ ਆਪਣੇ ਥਣਾ ਦੀ ਕੋਈ ਬਿਮਾਰੀ ਨਹੀਂ ਆਈ ਜੀ ਅੱਛਾ ਹਾਂਜੀ ਤਕਰੀਬ ਬਸ ਇਹ ਹੈ ਵੀ ਸਾਫ ਸਫਾਈ ਤੇ ਸੁੱਕਾ ਇਹ ਚੀਜ਼ ਦੀ ਜ਼ਰੂਰਤ ਆਈ ਅੱਛਾ ਹਾਂ ਇਦਾਂ ਦੀ ਕੋਈ ਦਿੱਕਤ ਨਹੀਂ ਆਈ ਇਹ ਬੱਕਰਾ ਇਹ ਬੱਕਰਾ ਜੀ ਇਹ ਅੱਛਾ ਕਿੰਨੇ ਮਹੀਨਿਆਂ ਦਾ ਹੈ ਇਹ ਇਹ ਨਹੀਂ ਹਜੇ 6 ਮਹੀਨੇ ਦਾ ਹੋਇਆ ਜੀ ਅੱਛਾ ਹਾਂਜੀ ਹਾਂ ਕਿਹੜੀ ਬੱਕਰੀ ਦਾ ਇਹ ਕਾਲੀ ਬੱਕਰੀ ਦਾ ਹੀ ਜੀ ਇਹ ਸੀ ਦਾ ਅੱਛਾ ਇਹ ਸੀ ਦਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਸੇਲ ਹੋਊਗਾ ਇਹ ਤਾਂ ਹਾਂ ਇਹ ਸੇਲ ਕਰ ਦਾਂਗੀ ਅੱਛਾ ਹਾਂਜੀ ਠੀਕ ਲਓ ਜੀ ਵੀਰੋ ਹੁਣ ਆਪਾਂ ਬਾਈ ਦਾ ਬੱਕਰਾ ਜਿਹੜਾ ਉਹ ਤੁਹਾਨੂੰ ਦਿਖਾਉਨੇ ਆ ਵੈਸੇ ਤਾਂ ਤੁਸੀਂ ਇਸ ਬੱਕਰੇ ਨੂੰ ਆਪਾਂ ਮੰਡੀਆਂ ਤੇ ਵੀ ਦਿਖਾਉਂਦੇ ਰਹਿੰਨੇ ਆ ਤੁਸੀਂ ਉੱਥੇ ਵੀ ਦੇਖਿਆ ਹੋਊਗਾ ਪਰ ਅੱਜ ਆਪਾਂ ਤੁਹਾਨੂੰ ਕਾਫੀ ਜਾਣਕਾਰੀ ਇਸ ਸੰਬੰਧੀ ਦੇਵਾਂਗੇ ਬੱਕਰਾ ਕਿਨੇ ਦਾ ਨਦਾ ਬਾਈ ਜੀ ਇਹ ਬੱਕਰਾ ਅੱਠ ਦੇ ਕੱਢਣ ਲੱਗਿਆ ਜੀ ਹੁਣ ਅੱਛਾ ਹਾਂਜੀ ਬੱਚਾ ਲੈ ਆ ਸੀ ਆਪਾਂ ਨੇ ਇਹ ਇਹ ਬੱਚਾ ਵਾਲੇ ਸੀ ਜੀ ਅੱਛਾ ਹੂੰ ਠੀਕ ਐ ਹਾਂ ਸਾਲ ਦੇ ਹਿਸਾਬ ਨਾਲ ਕਿੰਨੇ ਸਾਲ ਦਾ ਹੋ ਗਿਆ ਇਹ 2.5 ਸਾਲ ਦਾ ਹੋ ਗਿਆ ਜੀ 2.5 ਸਾਲ ਦਾ ਹੋ ਗਿਆ ਹਾਂਜੀ ਹਾਂਜੀ ਠੀਕ ਐ ਇਹਦਾ ਕੀ ਰਿਕਾਰਡ ਆ ਕੱਦ ਦਾ ਇਹਦਾ ਕੱਦ ਹੈ ਤਕਰੀਬ ਜੀ 43 ਤੋਂ 43.5 ਦੇ ਵਿੱਚ ਵਿੱਚ ਹਾਈਟ ਹੈ ਅੱਛਾ ਜੀ ਹਾਂਜੀ ਹਾਂਜੀ ਭਜਨ ਕਿੰਨਾ ਕਹੂਗਾ ਭਜਨ 95 90 95 ਕਿਲੋ ਦੇ ਤਕਰੀਬ ਵੇਟ ਹੈ ਅੱਛਾ ਇਹਨੂੰ ਕਿਵੇਂ ਤਿਆਰ ਕੀਤਾ ਤੁਸੀਂ ਨੇ ਫਿਰ ਇਹ ਬਸ ਜੀ ਯਾਰ ਰਿਜ਼ਲਟ ਸਭ ਤੋਂ ਵਧੀਆ ਤਾਂ ਇਹ ਸੀ ਇਹ ਰੱਖਿਆ ਤਾਂ ਵੈਸੀ ਲੱਗਦਾ ਸੀ ਵੈਸੀ ਸੋਹਣੇ ਕਰਕੇ ਤੇ ਬੱਚੇ ਲੈਣ ਲੱਗੇ ਪਾੜਿਆ ਦਾ ਰਿਜ਼ਲਟ ਬਹੁਤ ਸੋਹਣਾ ਆਇਆ ਜੀ ਪਹਿਲਾ ਬੱਚਾ ਇਹਦਾ ਰਿਜ਼ਲਟ ਆ ਵੀ ਬੱਚੇ ਏਸੀ ਦੀ ਹੈ ਜੀ ਅੱਛਾ ਠੀਕ ਹੈ ਨਾ ਇਹ 9 ਮਹੀਨਿਆਂ ਦਾ ਬੱਚਾ ਹੋਇਆ ਜੀ ਇਹ ਵੱਡੇ ਉਹ ਕਾਲੀ ਬੱਕਰੀ ਦਾ ਬੱਚਾ ਜੀ ਠੀਕ ਹੈ ਜੀ ਹਾਂਜੀ ਇਸ ਆਪਣੇ ਵੱਡੇ ਬੱਕਰੇ ਦਾ ਬੱਚਾ ਜੀ ਠੀਕ ਹੈ ਬਾਈ ਜੀ ਕੀ ਕਹਿਣਾ ਇਹਦੀ ਕੁਆਲਿਟੀ ਬਾਰੇ ਇਦੀ ਕੁਆਲਿਟੀ ਦਾ ਇਹ ਆ ਜੀ ਇਹ ਚਾਲਰ ਦੇਖੋ ਚਾਲਰ ਚੂਲਰ ਦੀ ਪਿਓਰ ਪਿਓਰਿਟੀ ਬੇਟਲਾ ਜਿਹਨੂੰ ਕਹਿੰਦੇ ਨੇ ਬੇਟਲਾ ਚਾਲਰ ਹਜੇ ਇਹਦਾ ਇਹਨੇ ਹਜੇ 1.5 ਸਾਲ ਬੱਕਰੇ ਨੇ ਹੋਰ ਵਧਣਾ ਜੀ ਚਾਰ ਸਾਲ ਦਾ ਬੱਕਰਾ ਪੂਰਾ ਬਰੂਗਾ ਕਦ ਵੀ ਕਰੂ ਹੋਰ ਤਾਂ ਕਦ ਹੋਰ ਕਰਨਾ ਈ ਹਜੇ ਤਾਂ ਇਹਨੇ ਹਾਂਜੀ ਹਾਂਜੀ ਕਦ ਹੋਰ ਕਰਨਾ ਈ ਹਜੇ ਤਾਂ ਜਿਆਦੇ ਪੱਠਾ ਪਾਉਂਦਾ ਜਾਂ ਬੱਕਰੇ ਪਾਉਂਦਾ ਫਿਰ ਨਹੀਂ ਮਿਕਸੀ ਤਕਰੀਬ ਸਾਰੀ ਆਉਂਦੀ ਨਹੀਂ ਜੀ ਬੱਕਰੀ ਵੀ ਆ ਰਹੀ ਨੇ ਪੱਠਾ ਵੀ ਆ ਰਿਆ ਨੇ ਉਹ ਤਾਂ ਦੇਖੋ ਪਰਮਾਤਮਾ ਦੀ ਆ ਵੀ ਕੀ ਆਉਣਾਗਾ ਤੇ ਵੈਸੇ ਆਇਆ ਵੀ ਰਿਜ਼ਲਟ ਇਹਨੇ ਜਿਵਦਾ ਦੀ ਮਰਜ਼ੀ ਬੱਕਰੀ ਤੇ ਛੱਡ ਦੋ ਇਹਨੇ ਇੱਕ ਬੱਚਾ ਆਪਦੇ ਤੇ ਲਿਜਾਣੀ ਜਣਾ ਆਪਦੇ ਤੇ ਸੋਣੀ ਸੁਣ ਅੱਛਾ ਹਾਂਜੀ ਹਾਂ ਇਦਾਂ ਦੀ ਕੋਈ ਇਹ ਨਹੀਂ ਹੈਗਾ ਵੀ ਬੱਕਰੀ ਮਾੜੀ ਆ ਜਾਂ ਉਹ ਆ ਤੇ ਇਹਨੇ ਕੁਆਲਿਟੀ ਦਾ ਰਿਜ਼ਲਟ ਤਾਂ ਬਹੁਤ ਜ਼ਿਆਦਾ ਵਹਿਤਰਾ ਮੈਂ ਤੁਹਾਨੂੰ ਦਿਖਾਈਏ ਆਪਾਂ ਤੋੜ ਕੇ ਫਿਰ ਹਾਂਜੀ ਬੱਕਰਾ ਤੋੜਦੇ ਲਓ ਬਾਈ ਆਪਾਂ ਬੱਕਰਾ ਦਿਖਾਉਣਾ ਤੁਹਾਨੂੰ ਤੋੜ ਕੇ ਬੜੇ ਸ਼ੌਂਕ ਨਾਲ ਬਾਈਆਂ ਨੇ ਬੱਕਰੇ ਨੂੰ ਤਿਆਰ ਕੀਤਾ ਹੋਇਆ ਲਓ ਬਾਈਓ ਬਾਈ ਦਾ ਬੱਕਰਾ ਦਿਖਾਉਣਾ ਹੈਗੇ ਜਿਆਦਾ ਖਰਾਕ ਪਾਈ ਹੋਈ ਆ ਪਾਈਆਂ ਨੇ ਚੰਗੀ ਤਰ੍ਹਾਂ ਬਾਈ ਨੂੰ ਵੀ ਖਿੱਚ-ਖਿੱਚ ਕੇ ਲੈ ਜਾ ਰਿਆ ਦਿਖਾਓ ਬਾਈ ਲਓ ਬਾਈ ਜੀ ਬੱਕਰਾ ਤੁਸੀਂ ਦੇਖ ਸਕਦੇ ਹੋ ਬਾਈ ਦਾ ਬਾਈ ਨਾਲ ਗੱਲ ਕਰਦੇ ਆ ਕੀ ਆ ਬਾਈ ਵੇਚੀ ਦੇਵੇ ਪੁੱਛਦੇ ਆਪਾਂ ਦੁਬਾਰਾ ਕਹਿ ਕੇ ਹਾਂ ਬਾਈ ਵੇਚਣਾਗਾ ਨਹੀਂ ਇਹ ਤਾਂ ਨੀਸੀਲ ਕਰਨਾ ਹੀ ਆ ਦੇਖ ਲੈ ਨਹੀਂ ਨਹੀਂ ਇਹ ਤਾਂ ਨੀਸੀਲ ਕਰਨੀ ਆ ਠੀਕੇ ਹਨਾ ਟੈਸਟਿਕਲਾਂ ਬਾਰੇ ਕੀ ਕਹਿਣਾਗਾ ਟੈਸਟਿਕਲਾਂ ਦਾ ਬਿਲਕੁਲ ਸਾਰੇ ਬੱਕਰਾ ਮੂਹ ਤੋਂ ਲੈ ਕੇ ਪਿੱਛੇ ਤੱਕ ਸਾਰੇ ਪੱਲਿਆਂ ਦਾ ਪੂਰਾ ਬੱਕਰਾ ਜੀ ਅੱਛਾ ਹਾਂ ਟੈਸਟਿਕਲ ਚੱਕ ਕੇ ਦੇਖ ਦੇਖ ਸਕਦਾ ਹਾਂ ਕਿਸਾਨ ਪ੍ਰਭ ਬਿਲਕੁਲ ਓਕੇ ਦੀ ਰਿਪੋਰਟ ਹੈ ਟੈਸਟਿਕਲਾਂ ਦੀ ਸੰਦੀਪ ਭਾਈ ਜੀ ਆਪਣਾ ਜਿਹੜਾ ਵੱਡਾ ਬਰੀਡਰ ਆ ਫਿਰ ਇਹ ਤਾਂ ਪੂਰੀ ਉਮਰ ਵੱਲ ਵਾਦੀ ਰਹਿ ਤਕਰੀਬਨ ਮੇਰਾ ਹੋਰ ਵੀ ਬੀਬੀ ਡਰ ਤਿਆਰ ਕਰੂੰਗੇ ਹਾਂਜੀ ਆਉਣ ਵਾਲੇ ਸਾਲ ਚ ਆਪਣੇ ਲਈ ਬੱਚਾ ਤਿਆਰ ਹੋਣ ਦੇ ਕਾਬਿਲ ਆ ਬਸੀ ਅੱਛਾ ਇਸੇ ਦੀ ਬੱਚਾ ਤਿਆਰ ਕਰਾਂਗੇ ਜੀ ਬੱਚਾ ਤਿਆਰ ਕਰਨਾ ਹੈ ਅੱਛਾ ਕਿੰਨੇ ਮਹੀਨੇ ਦੱਸੇ ਤੁਸੀਂ ਇਹਨਾਂ 9 ਮਹੀਨੇ ਦਾ ਹੋਗਾ ਜੀ ਅੱਛਾ ਜੀ ਭਾਰਨ ਕਿਊਗਾ ਇਹਦਾ ਬਜਨ ਐਸਟੀਮੇਟ ਹੋਊਗਾ ਜੀ ਮੇਰਾ ਆਈਡੀਆ 55 60 ਕਿਲੋ ਜੀ ਅੱਛਾ ਹਾਈਟ ਹਾਈਟ ਜੀ ਤਕਰੀਬ ਮਿੰਦਦੇ ਨੇ ਪੀਤੇ ਨਾਲ ਮੇਰਾ 37 ਦੇ ਤਕਰੀਬ ਪਲੱਸ ਹੀ ਆ 37 ਦੇ ਤਕਰੀਬ ਹੋਊਗੀ ਜੀ ਦੇਖ ਸਕਦੇ ਹੋ ਭਾਈਓ ਅੱਦਰ 38 ਤੋਂ 49 ਦੇ ਕਰੀਬ ਆ ਗਿਆ ਨਾ ਕੱਦ ਜਿਆਦਾ ਕਰੂ ਫਿਰ ਇਹਦੇ ਨਾਲ? ਹਾਂਜੀ ਕੱਦ ਹਾਈਟ ਜਿਆਦਾ ਕਰੂਗਾ ਜੀ। ਲੱਗ ਰਿਹਾ ਨਾ ਕਿਉਂਕਿ ਹੁਣ ਹੀ 38 ਦਾ ਹੋਇਆ ਖੜਾ ਤਾਂ। ਹਾਂ ਇਹਦੀ ਮਾਂ ਦਾ ਕੱਦ ਵੀ 40 ਹੀ ਆਈ ਨਹੀਂ। ਅੱਛਾ ਜੀ। ਹਾਂਜੀ। ਤੇ ਤੁਸੀਂ ਆਪਾਂ ਭੇਡਾਂ ਦੀ ਗੱਲ ਕਰ ਰਹੇ ਸੀ ਭੇਡਾਂ ਚ ਰੂਟ ਦਿਖਾਓ ਬਾਈ ਜੀ। ਹਾਂਜੀ ਇਹ ਬੱਚੇ ਦੇ ਹੋਏ। ਇਹ ਬੱਚੇ ਹਜੇ ਮੇਰਾ ਆਈਡੀਆ ਵੀ ਡੇਡ ਡੇਡ ਮਹੀਨੇ ਦੇ ਹੋਏ ਨਹੀਂ ਜੀ। ਅੱਛਾ। ਮੇਲ ਫੀਮੇਲ ਨੇ ਦੋਨੋਂ। ਚਲੋ ਬਾਈ ਭੇਡਾਂ ਵੀ ਦਿਖਾਉਨੇ ਆ ਪਹਿਲਾਂ ਬਾਈ ਦੇ ਨਾਲ ਭੇਡਾਂ ਬਾਰੇ ਗੱਲਬਾਤ ਕਰਦੇ ਆ ਬਾਈ ਜੀ ਇਹ ਕਿਵੇਂ ਸੋਚੇ ਵੀ ਤੁਸੀਂ ਭੇਡਾਂ ਹੀ ਰੱਖਣੀਆਂ ਨਹੀਂ ਆ ਹਾਂ ਬੱਕਰੀਆਂ ਦੇ ਵਿੱਚ ਨਹੀਂ ਇਹ ਇਹ ਨਾ ਜਿਹੜੀ ਇਹ ਨਸਲ ਆ ਜੀ ਇਹ ਆਪਣੇ ਹੈ ਨਹੀਂ ਸੀ ਇੱਥੇ ਅੱਛਾ ਕਿਹੜੀ ਨਸਲ ਆ ਇਹ ਇਹ ਜਮਣਾਬੁਰੀ ਆ ਜੀ ਅੱਛਾ ਹਾਂਜੀ ਹਾਂਜੀ ਇਹ ਇਹਦੀ ਹਾਈਟ ਰੂਟ ਇਹ ਵੀ ਬਹੁਤ ਅੱਛਾ ਬਣਾਉਂਦੀ ਆ ਨਹੀਂ ਜੀ ਕਿੰਨੇ ਮਹੀਨਿਆਂ ਦੇ ਬੱਚੇ ਨੇ ਇਹ ਇਹ ਡੇਡ ਡੇਡ ਕੁ ਮਹੀਨੇ ਦੇ ਹੋਏ ਨਹੀਂ ਜੀ ਅੱਛਾ ਇਹ ਫੀਮੇਲ ਆ ਜੀ ਉਹ ਮੇਲ ਆ ਜੀ ਠੀਕ ਜੀ ਹਾਂਜੀ ਇਹ ਤੇ ਤਜਰਬੇ ਕਰਕੇ ਦੇਖਣਾ ਇਹ ਤਾਂ ਤਜਰਬੇ ਕਰਕੇ ਦੇਖਣਾ ਜੀ ਇਹ ਵੀ ਕਿਥੇ ਕੀ ਬਣਦੇ ਨੇ ਅੱਛਾ ਜਿੰਨੀ ਕੁ ਕੁਐਸਟੀ ਇਹਨੇ ਹੀ ਖਰਾ ਕੇ ਜਿੰਨੀ ਖਾਣੀ ਇਹਨਾਂ ਨੇ ਇਹ ਖੁੱਲੇ ਨੇ ਅੱਛਾ ਜਿੰਨੀ ਖਾ ਸਕਦੇ ਨੇ ਇਹਨੇ ਖਾਣ ਨੂੰ ਇਹ ਖਾ ਰਹੇ ਨੇ ਆਰਾਮ ਨਾਲ ਆਰਾਮ ਨਾਲ ਬੜੇ ਆਰਾਮ ਨਾਲ ਜੀ ਠੀਕ ਹੈ ਆਉਣ ਵਾਲੇ 2 ਮਹੀਨੇ ਚ ਤੁਹਾਨੂੰ ਦਿਖਾਵਾਂਗੇ ਜੀ ਅੱਛਾ ਸੁੱਖ ਰੱਖੇ ਪ੍ਰਮਾਤਮਾ ਉਹਨਾਂ ਨੂੰ ਬਹੁਤ ਸੋਹਣੇ ਤਿਆਰ ਕਰਨੇ ਜੀ ਠੀਕ ਹੈ ਬਾਈ ਜੀ ਚਲੋ ਭੇਡਾਂ ਸੰਬੰਧੀ ਤਜਰਬਾ ਉਹ ਬਾਅਦ ਚ ਸਾਂਝਾ ਕਰਾਂਗੇ ਨਾ ਹਾਂਜੀ 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 ਠੀਕ ਹੈ ਬਾਈ ਜੀ ਲਓ ਭਾਈਓ ਫਾਰਮ ਦੇ ਵਿੱਚ ਇੱਕ ਮੁਰਗਾ ਫਿਰਦਾ ਸੀ ਆਪਾਂ ਦਿਖਾਉਣ ਤੋਂ ਨਹੀਂ ਰਹਿ ਸਕਦੇ ਕਿਉਂਕਿ ਆਪਾਂ ਨੂੰ ਵਧੀਆ ਲੱਗਿਆ ਚਰਨਜੀਤ ਸਿੰਘ ਜੀ ਮੁਰਗਾ ਦਿਖਾਓ ਜਾ ਕੇ ਪਹਿਲਾਂ ਤਾਂ ਅੱਛਾ ਜੀ ਲਾ ਦਿਖਾਉਣਾ ਜੀ ਲੋ ਬਾਈਓ ਮੁਰਗਾ ਦੇਖੋ ਬੜਾ ਵੱਡਾ ਮੁਰਗਾ ਪੁੱਛ ਦੈਂਦੇ ਬਾਰੇ ਕਿਹੜਾ ਮੁਰਗਾ ਜੀ ਇਹ ਇਹ ਹੈ ਤਾਂ ਬਲੇਲਰ ਜੀ ਅੱਛਾ ਪਰ ਇਹ ਸ਼ੌਕਿਆ ਦੋ ਤਿਆਰ ਕਰੇ ਸੀਗੇ ਰੱਖੇ ਸੀਗੇ ਅੱਛਾ ਆਪਣੇ ਕੋਲ ਫਾਰਮ ਆ ਮੁਰਗੇ ਦਾ ਤੇ ਦੋ ਰੱਖੇ ਸੀਗੇ ਤੇ ਇੱਕ ਮੁਰਗਾ ਟੈਗ ਹੋ ਕੇ ਅੱਛਾ ਤੇ ਇਹ ਸ਼ੌਕੇ ਰੱਖਿਆ ਹੋਇਆ ਹੈ ਇਹਨਾਂ ਦੇ ਵਿੱਚ ਹੀ ਰਹਿੰਦਾ ਬੱਕਰੀਆਂ ਦਾ ਇਹ ਕਦੇ ਵਾ ਤੇਰੇ ਛੱਡੇ ਹੋ ਵਿੱਚ ਇਹ ਬੱਚੋ ਐਸਾ ਸ਼ੌਕ ਦੇ ਮਾਰੀ ਸੋਹਣਾ ਲੱਗਦਾ ਫਿਰਦਾ ਬਾਕੀ ਜਿੱਥੇ ਮਰਜੀ ਇਹ ਦਿਨੇ ਫਿਰੇ ਜੋ ਸ਼ਾਮ ਹੋ ਜੂ ਇਹ ਭੇਡੂਆਂ ਦੇ ਵਿੱਚ ਆ ਕੇ ਵੇਦਾ ਕਿੰਨੇ ਉਹ ਉਮਰ ਦਾ ਹੋ ਗਿਆ ਉਹ ਇਹ ਉਮਰ ਦਾ 4-5 ਕਿ ਮਹੀਨਾ ਦਾ ਜੀ ਇੰਨੇ ਕਹਿੰਦੀ ਹੈਗਾ ਹਾਂ ਹਾਂ ਜੀ ਵਜਨ ਕਿੰਨਾ ਹੋਊਗਾ ਇਹਦਾ ਵਜਨ ਇਹਦਾ ਹੋਊਗਾ 7 7.5 ਕਿਲੋ ਜੀ ਦੁਬਾਰਾ ਚੱਕ ਕੇ ਦੇਖੋ ਲਓ ਬਾਈਓ ਮੁਰਗਾ ਦੇ ਸਕਦੇ ਹੋਗੇ 7 7.5 ਕਿਲੋ ਦੇ ਵਜਨ ਕਰੀਬ 10 ਰੇ ਨੇ ਬਾਈ ਹੈਗਾ ਵੀ ਹੈਗਾ ਬਿਲਕੁਲ ਹੈਗਾ ਨਾ ਹਾਂਜੀ ਹਾਂਜੀ ਅੱਛਾ ਇਹਦਾ ਸਫਾਈ ਕਰਮਚਾਰੀ ਫਿਰ ਸੋਨੂੰ ਦੱਸਦੇ ਜਿਹੜੀ ਚੀਜ਼ ਦਾ ਸ਼ੌਕ ਹੋ ਜੇ ਇਹਨੂੰ ਜੋ ਨਗਦੇ ਕਰਾ 12 12 ਮੂਰ ਦੀ ਪੁੱਛ ਦੇਣੇ ਬੰਦੇ ਵੀ ਸੇਲ ਕਰਨਾ ਲੋ ਬਾਈ ਉਧਰ ਕਰਕੇ ਦਿਖਾਓ ਮੁਰਗਾ ਔਖਾ ਹੋ ਕੇ ਤੁਰਦਾ ਤੁਸੀਂ ਜ਼ਿਆਦਾ ਖਵਾਉਣ ਨੂੰ ਲੱਗਦਾ ਇਹਨੂੰ ਦੇਖ ਸਕਦੇ ਹੋ ਭਰਾਵੋ ਬਹੁਤ ਸੋਹਣਾ ਬਾਈਆਂ ਨੇ ਮੁਰਗਾ ਪਾਲਿਆ ਹੋਇਆ ਤੇ ਵਜਨ ਕਾਫੀ ਚੰਗਾ ਤਾਂ ਹੀ ਔਖਾ ਹੋ ਕੇ ਤੁਰਦਾ ਹੈ ਲੋ ਬਈਓ ਇਸ ਪਰਿਵਾਰ ਨੂੰ ਜੇ ਆਪਾਂ ਗੱਲ ਕਰੀਏ ਜਾਨਵਰਾਂ ਨਾਲ ਕਾਫੀ ਲਗਾਵਾ ਕਾਫੀ ਸ਼ੌਂਕ ਹੈ ਤੁਸੀਂ ਕਬੂਤਰ ਦੇਖ ਸਕਦੇ ਹੋਗੇ ਕਬੂਤਰ ਵੈਸੇ ਆਪਾਂ ਜਦੋਂ ਫਾਰਮ ਦੇ ਵਿੱਚ ਆਏ ਸੀ ਉਦੋਂ ਵੀ ਇਹ ਕਬੂਤਰ ਦੇ ਲਈ ਬੈਠੇ ਸੀਗੇ ਕਬੂਤਰ ਬਾਰੇ ਪੁੱਛਦੇ ਆ ਕਬੂਤਰ ਬਾਰੇ ਕੀ ਕਹਿਣਾ ਸਰਦਾਰ ਜੀ ਇਹ ਕਬੂਤਰੇ ਬੜਾ ਸ਼ੌਕ ਦਾ ਰੱਖਿਆ ਹੋਇਆ ਜੀ ਪਹਿਲਾਂ ਕਬੂਤਰ ਆਪਣੇ ਕੋਲ ਹੈਗੇ ਸੀ 35 40 ਉਹ ਫਿਰ ਜਗ੍ਹਾ ਚੇਂਜ ਕਰਨ ਬਾਅਦ ਤੇ ਦੇਣੇ ਪਏ ਹੁਣ ਇਹ ਕੱਲਾ ਰੱਖਿਆ ਹੋਇਆ ਸੋਹਣਾ ਵਾਲਾ ਸ਼ੌਕ ਬਹੁਤ ਪਿਆਰ ਬਹੁ ਕਰਦਾ ਜਦੋਂ ਤੁਰਦਿਆਂ ਪਿੱਛੋਂ ਉੱਡ ਕੇ ਜਾ ਕੇ ਆਪਣੇ ਮੋਢੇ ਤੇ ਬਹਿੰਦਾ ਤੇ ਹੱਥਾਂ 'ਚ ਹੀ ਦਾਣੇ ਖਾਂਦਾ ਤੇ ਠੁੰਗਾ ਵੱਡਾ ਦੇਖੋ ਮੋਟਰਸਾਈਕਲ ਲੈ ਕੇ ਜੀ ਕਿਦੇ ਨਾਲ ਤਾਂ ਵੀ ਮੋਟਰਸਾਈਕਲ ਦੇ ਨਾਲ-ਨਾਲ ਜਾਂਦਾ ਜੀ ਸ਼ਹਿਰ ਘੜਦਾ ਫਿਰ ਤੇ ਥੋੜੇ ਨਾਲ ਆ ਗਏ ਮਸਾਨ ਵੀਰੋ ਕੋਈ ਗੱਲ ਹੈ ਸ਼ੌਕ ਦਾ ਸ਼ੌਕ ਦਾ ਕੋਈ ਮੁੱਲ ਨਹੀਂ ਕਨਾ ਜਿਹੜੀ ਚੀਜ਼ ਦੇਖਣ ਨੂੰ ਸੁੰਦਰ ਲੱਗਦੀ ਆ ਉਹ ਤਾਂ ਲਈ ਲੈਣੀ ਆ ਹੁਣ ਆਪਾਂ ਫਿਰ ਇਹਨਾਂ ਕਬੂਤਰ ਜਿਆਦੇ ਹੋਰ ਰੱਖਾਂਗੇ ਹਾਂਜੀ ਰੱਖਾਂਗੇ ਹੋਰ ਤਿਆਰ ਕਰ ਰਹੇ ਆ ਠੀਕ ਹੈ ਜੀ ਤੇ ਉਹਨੇ ਫਿਰ ਖੇਤ ਮਕਾਨ ਬਣਾਇਆ ਹੁਣ ਖੇਤ ਲੱਗਣਗੇ ਉਹ ਜਿਹੜੇ ਉਹ ਪੁਰਾਣੇ ਸੀ ਫਿਰ ਸਾਨੂੰ ਦੇਣੇ ਪਏਗੇ ਵੀ ਇਸ ਕਰਕੇ ਜਗ੍ਹਾ ਦੀ ਚੇਂਜ ਕਰਕੇ 来 ਆਵਾਂਗੇ ਬਸ ਖੁੱਡਾ ਖੱਡਾ ਤਿਆਰ ਕਰ ਦਈਏ ਅਜੇ ਸਾਰਾ ਕੁਝ ਚੇਜ ਹੈ ਨਵਾਂ ਹੋਇਆ ਹੈ ਸੰਦੀਪ ਸਿੰਘ ਜੀ ਆਪਾਂ ਗੱਲਬਾਤ ਕਰੀਏ ਬੱਕਰੀਆਂ ਬਾਬਤ ਕਿ ਆਪਾਂ ਸੇਲ ਵੀ ਕਰਦੇ ਆ ਜਾਨਵਰ ਹਨ ਹਾਂਜੀ ਜਾਨਵਰ ਸੇਲ ਵੀ ਕਰਦੇ ਹਾਂ ਠੀਕ ਹੈ ਜੀ ਤੇ ਸਾਡੇ ਕਿਸਾਨ ਵੀਰਾਂ ਨੂੰ ਤੁਹਾਡਾ ਸੰਪਰਕ ਨੰਬਰ ਹੈ ਜਿਹੜਾ ਉਹ ਜਰੂਰ ਦੇਓ ਤਾਂ ਜੋ ਉਹ ਖਰੀਦ ਸਕਣ ਤੁਹਾਡੇ ਪਾਸੋਂ 98788 35188 98788 35188 ਇੱਕ ਮੇਰੇ ਡੈਡੀ ਜੀ ਦਾ ਨੰਬਰ ਆ 99154 90988 ਨੰਬਰ ਨੰਮੇ 154 90982 ਠੀਕ ਹੈ ਧੰਨਵਾਦ ਕਰਦਿਆਂ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਾਡੇ ਇਥੇ ਤੈਦਰੋ ਧੰਨਵਾਦ ਕਰਦਾ ਤੁਹਾਡਾ ਪਹੁੰਚਣ ਤੇ ਠੀਕ ਹੈ ਠੀਕ ਹੈ ਜੀ ਥੈਂਕ ਯੂ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਐਡੀ ਪਿਛੇ ਸਾਡੇ ਤੁਸੀਂ ਇੰਨੀ ਖੇਚਲ ਕੀਤੀ ਆਪ ਚੱਲ ਕੇ ਆਏ ਇੰਨਾ ਸਾਡਾ ਤੁਸੀਂ ਮਤਲਬ ਪ੍ਰੋਗਰਾਮ ਵਧੀਆ ਦਿਖਾਇਆ ਰਹਾ ਸਾਨੂੰ ਹੋਰ ਵੀ ਅਭਿਸ਼ਾਹ ਹੋਇਆ ਇਸ ਚੀਜ਼ ਦਾ ਵੀ ਕੁਝ ਨਾ ਕੁਝ ਚੀਜ਼ਾਂ ਹੋਰ ਵੀ ਪੈਦਾ ਕਰੀਏ ਕਿ ਅਗਲੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੁਬਾਰੇ ਫੇਸ ਕਰ ਸਕੀ ਠੀਕ ਹੈ ਸ਼ੁਕਰੀਆ ਜੀ ਠੀਕ ਹੈ ਠੀਕ ਹੈ ਜੀ ਲੋ ਜੀ ਕਿਸਾਨ ਭਰਾਵੋ ਵੀਡੀਓ ਕਿਸ ਤਰ੍ਹਾਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਬਾਈਆਂ ਦੀ ਜੋ ਮਿਹਨਤ ਹੈ ਉਸ ਦੇ ਬਾਰੇ ਜਰੂਰ ਕਮੈਂਟ ਕਰਕੇ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ